ਜਿਨ੍ਹਾਂ ਨੇ ਘਰਦਿਆਂ ਦੀ ਗਹਿਣੇ ਪਈ ਜ਼ਮੀਨ ਛੜਾਈ ਤੇ ਆਪਣੀਆਂ ਭੈਣਾਂ ਦੇ ਵੱਡੀਆਂ ਭੈਣਾਂ ਦੇ ਆਪ ਕਮਾ ਕੇ ਵਿਆਹ ਕੀਤੇ ਫਿਰ ਆਪਦਾ ਘਰ ਬਣਾਇਆ ਫਿਰ ਆਪਦਾ ਵਿਆਹ ਕਰਾਇਆ ਮੇਰੀ ਕਿਸਮਤ ਦੋ ਇਨਸਾਨਾਂ ਦੇ ਨਾਲ ਚਮਕੀਆ ਮੇਰੀ ਵਾਈਫ ਤੇ ਮੇਰੇ ਡੈਡੀ ਦੇ ਨਾਲ ਜੀ ਸ਼ਿਫਟ ਸੀਗੀ ਪਲਾਸਟਿਕ ਫੈਕਟਰੀ ਦੇ ਵਿੱਚ ਸ਼ਾਮ ਨੂੰ 7 ਵਜੇ ਤੋਂ ਸਵੇਰੇ 7 ਵਜੇ ਤੱਕ 12 ਘੰਟੇ ਦੀ 12 ਘੰਟੇ ਦੀ ਸ਼ਿਫਟ ਤੇ ਉਹਦੇ ਵਿੱਚ ਵੀ ਮਤਲਬ ਇੰਨਾ ਕਿ ਤੁਸੀਂ ਖਾਣ ਦਾ ਬਿਲਕੁਲ ਟਾਈਮ ਨਹੀਂ ਮੈਨੂੰ ਆਪਣੇ ਆਪ ਤੋਂ ਵੀ ਜ਼ਿਆਦਾ ਮੇਰੇ ਬਾਪੂ ਦੀਆਂ ਦਵਾਵਾਂ ਤੇ ਯਕੀਨ ਸੀ ਮੈਨੂੰ ਇੱਕ ਯਕੀਨ ਸੀ ਵੀ ਬਾਕੀ ਕੁਝ ਨਾ ਹੋਵੇ ਮੈਂ ਮਿਹਨਤ ਜ਼ਰੂਰ ਕਰ ਲੈਣੀ ਆ ਹਾ ਕੁਝ ਨਾ ਕੁਝ ਤਾਂ ਕਰੂੰਗਾ ਭੁੱਖਾ ਨਹੀਂ ਮੈਂ ਮਰਦਾ ਐਨੀ ਐਨੀ ਗੱਲ ਦਾ ਯਕੀਨ ਜ਼ਰੂਰ ਸੀ ਜਿਹੜੀ ਟਰੱਕਿੰਗ ਇੰਡਸਟਰੀ ਆ ਜਿਹੜਾ ਉਹੀ ਜਾਣਦਾ ਵੀ ਇਹਦੇ ਵਿੱਚ ਪੈਸੇ ਤੁਹਾਨੂੰ ਲੱਗਦਾ ਜ਼ਰੂਰ ਹੈਗਾ ਵੀ ਡਾਲਰ ਕਮਾਉਣੇ ਵੀ ਬਹੁਤ ਬਣ ਜਾਂਦੇ ਨੇ ਪਰ ਉਹ ਬਣਦੇ ਕਿਵੇਂ ਨੇ ਬਹੁਤ ਉਹ ਉਹਨਾਂ ਨੂੰ ਪਤਾ ਜਿਹੜੇ ਬਣਾਉਂਦੇ ਨੇ ਕਿਉਂਕਿ ਇਹ ਦਿਨ ਯਾਦ ਕਰਦੇ ਆ ਜਦੋਂ ਅਸੀਂ ਉਹਨਾਂ ਨੂੰ ਯਾਦ ਕਰਦੇ ਆ ਫਿਰ ਸਾਨੂੰ ਆਣ ਲੱਗਦਾ ਵੀ ਡੈਡੀ ਵੀ ਸਾਡੇ ਨਾਲ ਹੀ ਚਾਹੇ ਉਹ 2020 ਦੇ ਵਿੱਚ ਸਾਨੂੰ ਛੱਡ ਕੇ ਛੱਡ ਕੇ ਚਲੇ ਗਏ ਬਟ ਫਿਰ ਮੈਨੂੰ ਹਜੇ ਵੀ ਲੱਗਦਾ ਵੀ ਸਾਡੇ ਕੋਲ ਹੀ ਨੇ ਉਹ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਪ੍ਰਭ ਜੋਸਨ ਤੁਹਾਡਾ ਰੋਡ ਟੂ ਸਕਸੈਸ ਸ਼ੋਅ ਦੇ ਵਿੱਚ ਬਹੁਤ ਬਹੁਤ ਸਵਾਗਤ ਕਰਦਾ। A ਤੋਂ 에어ਪੋਰਟ B ਤੋਂ ਬੇਸਮੈਂਟ ਤੇ C ਤੋਂ ਕਾਰ ਕੈਨੇਡਾ ਦੇ ਵਿੱਚ ਜਿਹੜਾ ਵੀ ਆਉਂਦਾ ਆ ਉਹਨੂੰ ਇਹ ਤਿੰਨ ਚੀਜ਼ਾਂ ਬਹੁਤ ਬਖੂਬੀ ਪਤਾ ਹੋਇਆ ਹੋਵੇਗਾ ਉਹਨੇ ਕਿਵੇਂ ਹੰਡਾਈਆਂ ਨੇ। ਅੱਜ ਜਿਹੜੇ ਬਾਈ ਜੀ ਆਪਣੇ ਨਾਲ ਲੈਣਾ ਇਹਨਾਂ ਦੀ 에어ਪੋਰਟ ਤੋਂ ਪਹਿਲਾਂ ਦੀ ਕਹਾਣੀ, 에어ਪੋਰਟ ਤੇ ਆਉਣ ਤੋਂ ਬਾਅਦ ਦੀ ਕਹਾਣੀ, ਬੇਸਮੈਂਟ ਦੇ ਵਿੱਚ ਰਹਿੰਦਿਆਂ ਦੀ ਕਹਾਣੀ ਤੇ ਬੇਸਮੈਂਟ ਤੋਂ ਕਾਰ ਲੈਂਦਿਆਂ ਦੀ ਕਹਾਣੀ। ਕਾਰ ਤੋਂ ਬਾਅਦ ਕਾਰ ਡੀਲਰਸ਼ਿਪ ਖੋਲਣ ਦੀ ਕਹਾਣੀ ਇੱਕ ਨਹੀਂ ਬਲਕਿ ਦੋ। ਸਾਰੀਆਂ ਗੱਲਾਂ ਅੱਜ ਆਪਾਂ ਬਾਈ ਜੀ ਨਾਲ ਕਰਨੀਆਂ ਕਿਹੜੀਆਂ-ਕਿਹੜੀਆਂ ਇਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਜਦੋਂ ਇੰਡੀਆ ਦੇ ਵਿੱਚ ਸੀ ਉਦੋਂ ਕੀ ਹਾਲਾਤ ਸੀ ਘਰ ਪਰਿਵਾਰ ਦੇ ਇੱਥੇ ਆ ਕੇ ਕਿਵੇਂ ਇਹਨਾਂ ਨੇ ਆਪਣੇ ਆਪ ਨੂੰ ਸਟੈਬਲਿਸ਼ ਕੀਤਾ ਆਪਣੇ ਆਪ ਦੇ ਪੈਰਾਂ ਤੇ ਖੜੇ ਹੋਏ ਸਾਰੀਆਂ ਗੱਲਾਂ ਬਾਤਾਂ ਬਾਈ ਜੀ ਹੋਣਾ ਨਾ ਕਰਾਂਗੇ ਤੇ ਸਵਾਗਤ ਕਰਦੇ ਆਂ ਬਾਈ ਜੀ ਆਟੋ ਸੇਲਸ ਤੋਂ ਮਣੀ ਭਾਜੀ ਦਾ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਬਾਈ ਜੀ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਬਾਈ ਜੀ ਆਟੋ ਸੇਲਸ ਨਾਮ ਕਿਵੇਂ ਪਿਆ ਬਾਈ ਜੀ ਨਾਂ ਪਿਆ ਜੀ ਆਪਾਂ ਮਾਲਵੇ ਵਾਲੇ ਆ ਸੋ ਉੱਥੇ ਬਾਈ ਜੀ ਬਾਈ ਜੀ ਹੁੰਦੀ ਆ ਸੋ ਆਪਾਂ ਜਦੋਂ ਸ਼ੁਰੂ ਕਰ ਰਹੇ ਸੀ ਨਾ ਬਿਜ਼ਨਸ ਸਾਨੂੰ ਬਹੁਤਾਂ ਨੇ ਕਿਹਾ ਵੀ ਤੁਸੀਂ ਇਸ ਤਰ੍ਹਾਂ ਦਾ ਨਾਂ ਰੱਖੋ ਜਿਹੜਾ ਸਾਰਿਆਂ ਦੇ ਲਈ ਹੋਵੇ ਹੂੰ ਹੂੰ ਵੀ ਕੋਰੇ ਵੀ ਸਮਝ ਸਕਣ ਪੰਜਾਬੀ ਵੀ ਸਮਝ ਸਕਣ ਪਰ ਸਾਨੂੰ ਇੱਕ ਉਹ ਜਿਹਾ ਨਾਂ ਦੀ ਸੀਗਾ ਵੀ ਜਿਹਦੇ ਕਰਕੇ ਜੇ ਅਸੀਂ ਇੱਕ ਨਾਂ ਰੱਖੀਏ ਜਿਹੜਾ ਸਾਡੀ ਕਮਿਊਨਿਟੀ ਨੂੰ ਸਿੱਧਾ ਰਿਪਰੈਜ਼ੈਂਟ ਕਰੇ ਬਿਲਕੁਲ ਔਰ ਉਹਦੇ ਵਿੱਚ ਰਿਸਪੈਕਟ ਵੀ ਹੋਵੇ ਕਿਉਂਕਿ ਬਾਈ ਜੀ ਮੀਨਸ ਵੱਡਾ ਭਾਈ ਵੱਡਾ ਭਰਾ ਸੋ ਬੱਡਾ ਬਾਈ ਹੂੰ ਹੂੰ ਸੋ ਤਾਂ ਕਰਕੇ ਫਿਰ ਅਸੀਂ ਜਿਵੇਂ ਕਹਿੰਦੇ ਨੇ ਹੁੰਦੇ ਛੋਟਾ ਤੇ ਸਵੀਟ ਬਾਈ ਜੀ ਆ ਗਿਆ ਤੇ ਉਹਦੇ ਨਾਲ ਫਿਰ ਆਟੋ ਸੀਲ ਆ ਗਿਆ ਸੋ ਬਾਈ ਜੀ ਜਦੋਂ ਮੈਂ ਇੱਥੇ ਆ ਜੀ ਨਾ ਤੇ ਮੈਂ ਉਦੋਂ ਸੁਣਦਾ ਹੁੰਦਾ ਸੀ ਯਾਰ ਜੇ ਗੱਡੀ ਲੈਣੀ ਹੈ ਨਾ ਤੇ ਬਾਈ ਜੀ ਹੁਣਾਂ ਕੋਲ ਜਾ ਉਸੇ ਮੈਂ ਸੋਚਦਾ ਸੀ ਯਾਰ ਬਾਈ ਜੀ ਹੁਣੀ ਪਤਾ ਨਹੀਂ ਕੀ ਚੀਜ਼ ਆ ਸੋ ਅੱਜ ਤੁਹਾਡੇ ਨਾਲ ਬੈਠਣ ਦਾ ਮੌਕਾ ਮਿਲਿਆ ਬਹੁਤ ਵਧੀਆ ਲੱਗ ਰਿਹਾ ਆ ਪਹਿਲਾਂ ਡੀਲਰਸ਼ਿਪ ਦੀ ਗੱਲ ਨਹੀਂ ਕਰਦੇ ਉਸ ਤੋਂ ਪਹਿਲਾਂ ਮੈਂ ਜਾਨਣਾ ਚਾਹਣਾ ਕਿ ਤੁਸੀਂ ਪੰਜਾਬ ਤੋਂ ਕਿੱਥੋਂ ਤੇ ਪੰਜਾਬ ਦੇ ਵਿੱਚ ਆਪਣੇ ਘਰ ਦੇ ਹਾਲਾਤ ਕਿਵੇਂ ਦੇ ਸੀ ਯਾ ਫਿਰ ਤੁਸੀਂ ਆਪਣੀ ਮੋਢਲੀ ਪੜ੍ਹਾਈ ਉਹ ਕਿੱਥੇ ਕੀਤੀ ਬਿਲਕੁਲ ਪ੍ਰਭ ਮੈਂ ਇੱਕ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਕੁਡਾਣੀ ਕਲਾਂ ਤੋਂ ਜੰਪਲ ਐ ਹੂੰ ਹੂੰ ਮੇਰਾ ਇੱਕ ਬਹੁਤ ਨਾਰਮਲ ਜੇ ਘਰ ਦੇ ਵਿੱਚ ਜਨਮ ਹੋਇਆ ਜੀ ਜਦੋਂ ਮੇਰਾ ਜਨਮ ਹੋਇਆ ਅੰਤਾਂ ਦੇ ਘਰ ਦੇ ਵਿੱਚ ਗਰੀਬੀ ਸੀਗੀ ਤੇ ਜਿਵੇਂ ਆਪਾਂ ਕਹਿੰਦੇ ਆ ਨਾ ਦੋ ਚਾਰ ਕੀਲਿਆਂ ਵਾਲੇ ਪਰਿਵਾਰ ਦੇ ਵਿੱਚ ਆਉਨੇ ਆ ਤੇ ਕਬੀਲਦਾਰੀ ਹੋਣ ਕਰਕੇ ਕਿ ਕਈ ਵਾਰ ਇਹੋ ਜਿਹਾ ਸਮਾਂ ਵੀ ਦੇਖਿਆ ਕਿ ਸਕੂਲ ਦੀ ਦੀਨ ਫੀਸ ਦੇਣ ਨੂੰ ਵੀ ਪੈਸੇ ਨਹੀਂ ਹੁੰਦੇ ਸੀ ਘਰਦਿਆਂ ਦੇ ਵਿੱਚ ਤੇ ਘਰਦਿਆਂ ਨੇ ਮੈਨੂੰ ਇੱਕੋ ਹੀ ਚੀਜ਼ ਸਿਖਾਈ ਜਿਹੜੀ ਛੋਟੇ ਹੁੰਦੇ ਮੇਰੇ ਦਾਦੀ ਕਹਿੰਦੇ ਦਾਦਾ ਜੀ ਕਹਿੰਦੇ ਜਾਂ ਮੇਰੇ ਡੈਡੀ ਕਹਿੰਦੇ ਕਿ ਪੁੱਤਰਾ ਜੇ ਪੜ ਲੇਗਾ ਕੁਝ ਬਣ ਜਾਏਗਾ ਬਿਲਕੁਲ ਸੋ ਉਹਨਾਂ ਦੀ ਗੱਲ ਉਹੀ ਲੜ ਰੱਖੀ ਪੜਨ ਦੇ ਵਿੱਚ ਕੁਝ ਹੈ ਨਹੀਂ ਸੀ ਹੋਰ ਪੜਨ ਦੇ ਵਿੱਚ ਮੈਂ ਹਸ਼ਿਆਰ ਸੀਗਾ ਚਲੋ ਪੜਿਆ ਉੱਥੇ ਹੀ ਫਿਰ ਹੌਲੀ ਹੌਲੀ ਅੱਗੇ ਅੱਗੇ ਵਧਦੇ ਗ੍ਰੈਜੂਏਸ਼ਨ ਕੀਤੀ ਫਿਰ ਪੋਸਟ ਗ੍ਰੈਜੂਏਸ਼ਨ ਪੋਲੀਟੀਕਲ ਸਾਇੰਸ ਦੇ ਵਿੱਚ ਕੀਤੀ ਫਿਰ ਮੈਂ ਐਮਬੀਏ ਕੀਤੀ ਸੇਲਜ਼ ਐਂਡ ਮਾਰਕੀਟਿੰਗ ਦੇ ਵਿੱਚ ਫਿਰ ਉੱਥੇ ਮੈਂ ਜਿਹੜਾ ਲੁਧਿਆਣੇ ਜੌਬ ਕਰਨੀ ਸ਼ੁਰੂ ਕੀਤੀ ਜੀ ਅਸੀਂ ਤੁਸੀਂ ਇੱਥੇੋਂ ਤੋਂ ਪਹਿਲਾਂ ਮਤਲਬ ਜਦੋਂ ਤੁਸੀਂ ਇੰਡੀਆ ਸੀ ਉਦੋਂ ਵੀ ਤੁਸੀਂ ਜੌਬ ਕੀਤੀ ਬਿਲਕੁਲ ਉਹ ਐਕਚੁਅਲੀ ਪਤਾ ਕੀ ਹੈ ਕਈਆਂ ਨੂੰ ਜ਼ਿੰਦਗੀ ਬਣੀ ਬਣਾਈ ਮਿਲ ਜਾਂਦੀ ਆ ਹੂੰ ਹੂੰ ਕਈਆਂ ਨੂੰ ਬਣਾਉਣੀ ਪੈਂਦੀ ਆ ਮੇਰੀ ਜਿੱਦੋ ਜਹਦ ਬਚਪਨ ਤੋਂ ਸ਼ੁਰੂ ਹੋ ਗਈ ਸੀ ਬਚਪਨ ਤੋਂ ਕਿਉਂਕਿ ਮੈਂ ਆਪਦੀ ਡੈਡੀ ਨੂੰ ਦੇਖਦਾ ਸੀ ਕਿਦਾਂ ਲਾਈਕ ਘਰ ਦੇ ਵਿੱਚ ਇੰਨਾ ਸਾਰਾ ਕਰਜ਼ਾ ਤੇ ਇੰਨੀ ਸਾਰੀ ਕੁਬੀਲਦਾਰੀ ਇੰਨੀ ਜਵਾਕਾਂ ਦੀਆਂ ਪੜਾਈਆਂ ਦੇ ਖਰਚੇ ਫਿਰ ਉਹਨਾਂ ਦੇ ਵਿਆਹਾਂ ਦੇ ਖਰਚੇ ਫਿਰ ਉਹ ਆੜਤੀ ਦੇ ਹਮੇਸ਼ਾ ਉਹੀ ਰਹਿੰਦਾ ਸੀ ਵੀ ਯਾਰ ਮੈਂ ਆੜਤੀ ਤੋਂ ਜਾਣਾ ਜਦੋਂ ਪੁਰਾਣੀ ਕਣਕ ਸਿੱਟਣੀ ਜਾਂ ਫਸਲ ਸੁੱਟਣੀ ਵੀ ਹੈ ਨਾ ਤੇ ਸੁੱਟਣੀ ਤਾਂ ਕਰਕੇ ਕਹਿੰਦੇ ਸੀ ਕਿਉਂਕਿ ਪੈਸੇ ਤਾਂ ਪਹਿਲਾਂ ਨਹੀਂ ਪੂਰੇ ਹੁੰਦੇ ਸੀਗੇ ਉਸ ਸਮਾਂ ਤੇ ਉੱਪਰ ਹੋਰ ਚੜ੍ਹ ਜਾਣੇ ਹੂੰ ਹੂੰ ਉਹ ਜਿਹੜੀ ਮੰਗ ਮੰਗਈ ਆ ਨਾ ਮੇਰੇ ਤੇ ਬਹੁਤ ਅਸਰ ਕਰਦੀ ਸੀਗੀ ਬਈ ਉਹ ਜਣੀ ਕਿ ਐਂ ਲੱਗਦਾ ਸੀ ਵੀ ਯਾਰ ਇਹ ਸਾਡੇ ਤੇ ਹੀ ਕਦੋਂ ਖਤਮ ਹੋਊਗਾ ਉਹਦੇ ਕਰਕੇ ਮੈਨੂੰ ਆਇਆ ਸੀਗਾ ਵੀ ਮੈਂ ਛੇਤੀ ਛੇਤੀ ਵੱਡਾ ਹੋਵਾਂ ਛੇਤੀ ਛੇਤੀ ਪੜ੍ਹ ਕੇ ਤਾਂ ਕਿ ਮੈਂ ਕੁਝ ਕਰਕੇ ਬਈ ਇਹਨਾਂ ਨੂੰ ਸੌਖਾ ਕਰਾਂ ਆਪਦੇ ਡੈਡੀ ਨੂੰ ਸੌਖਾ ਕਰਾਂ ਜਾਂ ਆਪਦੇ ਘਰ ਬਿਆਂ ਨੂੰ ਸੌਖਾ ਕਰਾਂ ਸੋ ਚਲੋ ਜ਼ਿੰਦਗੀ ਦੇ ਵਿੱਚ ਕਾਫੀ ਕੁਝ ਕਰ ਪਾਏ ਮੈਂ ਉਥੇ ਲੁਧਿਆਣੇ ਜੌਬ ਸਟਾਰਟ ਕੀਤੀ ਚਲੋ ਸ਼ੁਰੂ ਤੋਂ ਹੀ ਮੈਂ ਮਤਲਬ ਇਹ ਆ ਕਿ ਮਿਹਨਤੀ ਰਹਾ ਬਹੁਤ ਮਿਹਨਤ ਕੀਤੀ ਕੁਝ ਵੀ ਇਹ ਨਹੀਂਗਾ ਕਿ ਕੁਝ ਵੀ ਕਿਸ ਨੇ ਦੇਤਾ ਕਿਉਂਕਿ ਮੇਰੇ ਤਾਂ ਕੋਈ ਅੱਗੇ ਪਿੱਛੇ ਉੱਥੇ ਵੀ ਜੇ ਕਮਾ ਮੈਂ ਟੈਲੀਕਮਿਊਨੀਕੇਸ਼ਨ ਦੇ ਵਿੱਚ ਸੀਗਾ ਕੋਈ ਵੀ ਪਿੱਛੇ ਅੱਗੇ ਨਹੀਂ ਸੀਗਾ ਖਾਸ ਕਰਕੇ ਬਾਈ ਜੀ ਜਦੋਂ ਬੰਦਾ ਛੋਟੇ ਪਰਿਵਾਰ ਦੇ ਵਿੱਚ ਹੁੰਦਾ ਹੈ ਨਾ ਉਦੋਂ ਕੋਈ ਵੀ ਅਮੀਰ ਬੰਦਾ ਮਾੜੇ ਬੰਦੇ ਦੀ ਬਾਹ ਨਹੀਂ ਫੜਦਾ ਹਾਂ ਹਾਂ ਵੱਡਾ ਬੰਦਾ ਬਾਹ ਨਹੀਂ ਫੜਦਾ ਜਦੋਂ ਮੈਂ ਪਹਿਲੀ ਜੌਬ ਕਰਨ ਲੱਗਿਆ ਮੈਂ ਇੰਟਰਵਿਊ ਕਰਨ ਲਈ ਮੈਂ ਗਿਆ ਹਾਂ ਨਾ ਪਹਿਲੀ ਵਾਰ ਉਹਨੇ ਮੈਨੂੰ ਰਿਜੈਕਟ ਕਰਤਾ ਕੁਝ ਨਹੀਂ ਕਰਿਆ ਮੈਂ ਚਲੋ ਫਿਰ ਵੀ ਇੱਕ ਵਾਰ ਉਹੀ ਕੰਪਨੀ ਦੇ ਵਿੱਚ ਦੂਜੇ ਦੂਜੀ ਐਡਰੈਸ ਪਾ ਕੇ ਹੂੰ ਹੂੰ ਥੋੜਾ ਜਿਹਾ ਮੈਂ ਚੇਂਜ ਕਰਕੇ ਆਪਦੇ ਆਪ ਨੂੰ ਫਿਰ ਮੈਂ ਗਿਆ ਫਿਰ ਉਹਨਾਂ ਨੇ ਮੈਨੂੰ ਸਿਲੈਕਟ ਕਰ ਲਿਆ ਹੂੰ ਹੂੰ ਬਟ ਸਿਲੈਕਟ ਕਰਨ ਤੋਂ ਬਾਅਦ ਮੈਨੂੰ ਕੁਝ ਪਤਾ ਨਹੀਂ ਸੀਗਾ ਪਹਿਲੇ ਦਿਨ ਵੀ ਮੈਨੂੰ ਇਹੀ ਕਿਹਾ ਗਿਆ ਵੀ ਤੂੰ ਸ਼ਾਇਦ ਕੰਮ ਕਰ ਲੇਗਾ ਕਾਕਾ ਜਾਂ ਨਹੀਂ ਕਰ ਲੇਗਾ ਚਲੋ ਕਰਦੇ ਕਰਦੇ ਫਿਰ ਮੈਂ ਉੱਥੇ ਵੀ ਜਿਹੜੇ ਆਪਣੇ ਰੈਕર્ડ ਨੇ ਉਹ ਪੈਨ ਪੰਜਾਬ ਰੈਕર્ડ ਸੈੱਟ ਕੀਤੇ ਜੀ ਥੋੜੇ ਮਹੀਨਿਆਂ ਦੇ ਵਿੱਚ ਮੈਂ 4500 ਤੋਂ ਜਿਹੜਾ ਇੱਕ ਮੁੰਡਾ ਬੈਗ ਫੜ ਕੇ ਨਾ ਕਨੈਕਸ਼ਨ ਵੇਚਦਾ ਸੀ ਉਹ ਜੌਬ ਕੀਤੀ ਹੋਈ ਆ ਗਲੀਆਂ ਦੇ ਵਿੱਚ ਠੀਕ ਹੈ 3500 ਰੁਪਈਆ ਮੇਰੀ ਸੈਲਰੀ ਸੀ 4500 ਤੋਂ ਤੀਜੀ ਵਾਰ ਤੀਜੇ ਮਹੀਨੇ ਜਿਹੜੀ ਮੇਰੀ ਸੈਲਰੀ ਆਈ ਸੀ ਕਮਿਸ਼ਨ ਮਿਲਾ ਕੇ ਉਹ 90000 ਰੁਪਈਆ ਸੀ ਉਹ ਕਿਆ ਬਾਤ ਹੈ ਹਾਂਜੀ ਸੋ ਇਸ ਤਰ੍ਹਾਂ ਦੇ ਜਿਵੇਂ ਹੁਣ ਮੇਰਾ ਸਰਨੇਮ ਬੋਪਾਰੇ ਆ ਬੋਪਾਰੇ ਬੋਪਾਰੇ ਬੋਲਦੀ ਸੀ ਜੀ ਉੱਥੇ ਐਸੀ ਜਿਵੇਂ ਬਾਈ ਜੀ ਬਾਈ ਜੀ ਹੈ ਨਾ ਉੱਥੇ ਬੋਪਾਰੇ ਬੋਪਾਰੇ ਹੁੰਦੀ ਸੀ ਲੁਧਿਆਣੇ ਦੇ ਵਿੱਚ ਜਦੋਂ ਮੈਂ ਟੈਲੀਕਮਿਊਨੀਕੇਸ਼ਨ ਦੇ ਵਿੱਚ ਸੀ 20 ਤੋਂ ਬੋਪਾਰੇ ਦੇ 20 ਹੀ ਬਾਈ ਹੋ ਗਿਆ 20 ਤੋਂ ਬਾਈ ਜੀ ਹੋ ਗਿਆ ਬਿਲਕੁਲ ਜੀ ਸੋ ਮੈਂ ਇਹ ਵੀ ਕਹੂੰਗਾ ਮਾਣ ਦੇ ਨਾਲ ਕਿ ਮੈਂ ਬਹੁਤ ਘਟ ਆਪਣੇ ਮੁੰਡਿਆਂ ਨੂੰ ਇਹ ਸੁਭਾਗਾ ਸਮਾਜਾ ਮੈਂ ਕਹਾਂ ਜਾਂ ਮਤਲਬ ਇਹ ਚੀਜ਼ ਮਿਲਦਾ ਕਿ ਜਿਨ੍ਹਾਂ ਨੇ ਘਰਦਿਆਂ ਦੀ ਗਹਿਣੇ ਪਈ ਜ਼ਮੀਨ ਛੜਾਈ ਤੇ ਆਪਣੀਆਂ ਭੈਣਾਂ ਦੇ ਵੱਡੀਆਂ ਭੈਣਾਂ ਦੇ ਆਪ ਕਮਾ ਕੇ ਵਿਆਹ ਕੀਤੇ ਫਿਰ ਆਪਦਾ ਘਰ ਬਣਾਇਆ ਫਿਰ ਆਪਦਾ ਵਿਆਹ ਕਰਾਇਆ ਸੋ ਇੱਕ ਜਦੋਜਹਦ ਇਹ ਸੀ ਜਿਹੜੀ ਮੈਂ ਪੰਜਾਬ ਇੰਡੀਆ ਆਪਦੇ ਆਪ ਨੂੰ ਸਥਾਪਿਤ ਕਰਨ ਆਪਦੇ ਆਪ ਨੂੰ ਬਣਾਉਣ ਆਪਦੀ ਪਛਾਣ ਦੇ ਕੇ ਆਇਆ ਪੰਜਾਬ ਦੇ ਵਿੱਚ ਆਪਾਂ ਪਹਿਲਾਂ ਗੱਲ ਕਰਦੇ ਆ ਤੁਹਾਡੀ ਕਾਲਜ ਲਾਈਫ ਦੀ ਮੈਂ ਸੁਣਿਆ ਕਿ ਤੁਸੀਂ ਉੱਥੇ ਵੀ ਬਹੁਤ ਛਾਲਾ ਛੁਲਾ ਮਾਰੀਆਂ ਬਹੁਤ ਕੁਝ ਕੀਤਾ ਹੈ ਉਹਦੇ ਬਾਰੇ ਥੋੜਾ ਬਹੁਤ ਚਾਣਨਾ ਪਾਓ ਬਿਲਕੁਲ ਕਾਲਜ ਮੇਰਾ ਆ ਰਹੀਆ ਕਾਲਜ ਲੁਧਿਆਣਾ ਜੀ ਜੀ ਤੇ ਬੈਸਟ ਕਾਲਜ ਜੀ ਕਾਲਜ ਲਾਈਫ ਜਿਵੇਂ ਸਾਰਿਆਂ ਨੂੰ ਕਹਿੰਦੇ ਆ ਵੀ ਲਾਈਕ ਤੁਸੀਂ ਜ਼ਿੰਦਗੀ ਦੇ ਨਜ਼ਾਰੇ ਲੈਣੇ ਹੋ ਕਿਉਂਕਿ ਤੁਹਾਨੂੰ ਬਹੁਤ ਕੁਝ ਲਰਨ ਨੂੰ ਸਿੱਖਣ ਨੂੰ ਬਹੁਤ ਕੁਝ ਮਿਲਦਾ ਹਮ ਬਿਲਕੁਲ ਕਾਲਜ ਲਾਈਨ ਦੇ ਵਿੱਚ ਮੈਂ ਤੁਹਾਡੀ ਲਾਈਨ ਪ੍ਰੋਡਕਸ਼ਨ ਲਾਈਨ ਦੇ ਵਿੱਚ ਜੀ ਥੀਏਟਰ ਦੇ ਵਿੱਚ ਥੀਏਟਰ ਦੇ ਨਾਲ ਮੈਂ ਜੁੜਿਆ ਹੋਇਆ ਸੀਗਾ ਜੀ ਥੀਏਟਰ ਕਰੇ ਬਹੁਤ ਯੂਥ ਫੈਸਟੀਵਲਾਂ ਦੇ ਵਿੱਚ ਭਾਗ ਵੀ ਲਿਆ ਬਹੁਤ ਜਿੱਤੇ ਬਹੁਤ ਹਾਰੇ ਉਸੇ ਤਰ੍ਹਾਂ ਮੈਂ ਇੰਟਰਨੈਸ਼ਨਲ ਲੈਵਲ ਤੱਕ ਭੰਗੜਾ ਪਾਇਆ ਜੀ ਤੇ ਕਾਲਜ ਦੇ ਵਿੱਚ ਕਾਲਜ ਦੇ ਵਿੱਚ ਮੈਂ সুইਮਿੰਗ ਕੰਪੀਟੀਸ਼ਨ ਦੇ ਤੱਕ ਇੰਟਰਨੈਸ਼ਨਲ ਲੈਵਲ ਤੱਕ সুইਮਿੰਗ ਦੇ ਵਿੱਚ ਵੀ ਗਿਆ ਬਾਕੀ ਕਾਲਜ ਦੇ ਵਿੱਚ ਜਿਹੜੀ ਵੀ ਕੋਈ ਕੋਈ ਵੀ ਕੁਝ ਹੋਣਾ ਕੋਈ ਵੀ ਮੁਕਾਬਲਾ ਹੋਣਾ ਕਿਉਂਕਿ ਕਿਉਂਕਿ ਜਦੋਂ ਤੁਸੀਂ ਹੁੰਨੇ ਹੋ ਨਾ ਐਕਟਿਵ ਤੁਹਾਨੂੰ ਪ੍ਰੋਫੈਸਰ ਸਾਹਿਬ ਵੀ ਤੁਹਾਡੇ ਕਹਿੰਦੇ ਯਾਰ ਚਲੋ ਜੀ ਆਜੋ ਜਦੋਂ ਮਨੀ ਨਾ ਮੇਰਾ ਉਸ ਤੋਂ ਕਾਲਜ ਦੇ ਵਿੱਚ ਹੀ ਮੇਰਾ ਨਾਮ ਮਨੀ ਪਿਆ ਵਸੇ ਤੇ ਪਹਿਲਾਂ ਮਨਪ੍ਰੀਤ ਹੀ ਚੱਲਦਾ ਸੀ ਜਿਆਦਾ ਮਨਪ੍ਰੀਤ ਹੀ ਜਾਣਦੇ ਸੀ ਕਾਲਜ ਦੇ ਵਿੱਚ ਜਿਆਦਾ ਮੈਨੂੰ ਮਨੀ ਮਨੀ ਕਹਿਣ ਲੱਗਿਆ ਤੇ ਫਿਰ ਉਹੀ ਪ੍ਰੋਫੈਸਰ ਸਾਹਿਬ ਵੀ ਸਾਡੇ ਪੰਜਾਬੀ ਦੇ ਮੈਨੂੰ ਜਾਣ ਜਿਆਦਾ ਉਹਨਾਂ ਨੇ ਕਿਹਾ ਕਿ ਵੀ ਚਲੋ ਆਹ ਮੁੰਡੇ ਨੂੰ ਕਰਿਓ ਨਾਲੇ ਮੇਰੇ ਨਾਲ ਪ੍ਰਦੀਪ ਜੋਸ਼ੀ ਹੁੰਦਾ ਸੀਗਾ ਮੁੰਡਾ ਜਿਹੜਾ ਥੀਏਟਰ ਦੇ ਵਿੱਚ ਇਸ ਟਾਈਮ ਐਕਟਿੰਗ ਦੇ ਵਿੱਚ ਵੀ ਕਾਫੀ ਐਕਟਿਵ ਹੈ ਫਿਰ ਉਹਨੇ ਥੀਏਟਰ ਦੀ ਐਮਏ ਕਰੀ ਮੈਂ ਐਮਏ ਪੋਲੀਟੀਕਲ ਸਾਇੰਸ ਕਰੀ ਤੇ ਫਿਰ ਮੈਂ ਐਮਬੀਏ ਕਰੀ ਆਪਣਾ ਸੇਲਜ਼ ਐਂਡ ਮਾਰਕੀਟਿੰਗ ਦੇ ਵਿੱਚ ਤੇ ਕਾਲਜ ਦੀ ਲਾਈਫ ਕੁੱਲ ਮਿਲਾ ਕੇ ਜੀ ਫਨ ਸੀ ਤੇ ਕਾਫੀ ਕੁਝ ਸਿੱਖਣ ਨੂੰ ਮਿਲਿਆ ਕਿਉਂਕਿ ਕੋਸ਼ਿਸ਼ ਉਹੀ ਜਿਹੜੀ ਮੈਂ ਤੁਹਾਨੂੰ ਬਾਰ ਬਾਰ ਕਹਿਣਾ ਕਿ ਮੇਰੇ ਕੋਲ ਬੜਾ ਕੁਝ ਖੋਣ ਨੂੰ ਹੈ ਨਹੀਂ ਸੀ ਜਿਹੜਾ ਕੁਝ ਵੀ ਸੀਗਾ ਪਾਉਣ ਨੂੰ ਸੀ ਮੈਂ ਕੋਸ਼ਿਸ਼ ਹੀ ਕਰ ਰਿਹਾ ਸੀ ਮਤਲਬ ਜਿਵੇਂ ਵੀ ਕਿਤੇ ਨਾ ਕਿਤੇ ਕਿਸ ਕਿਸੇ ਪਾਸੇ ਵੀ ਮੇਰਾ ਠੀਕ ਲੱਗ ਜਵੇ ਮੈਂ ਨੇ ਏਸੀ ਵੀ ਆਪਣਾ ਮੋਟਿਵ ਵੀ ਕਰਦਿਆਂ ਦਾ ਜਿਹੜੇ ਦੁੱਖ ਨੇ ਉਹ ਕੱਟੇ ਜਾਣ ਇੱਕ ਤਰੀਕੇ ਬਿਲਕੁਲ ਕਿਉਂਕਿ ਤੁਹਾਨੂੰ ਜਿਵੇਂ ਤੁਹਾਨੂੰ ਪਹਿਲਾਂ ਪਤਾ ਕਿ ਆਂਤਾਂ ਦੀ ਘਰ ਦੇ ਵਿੱਚ ਗਰੀਬੀ ਸੀ ਗਰੀਬੀ ਦੇ ਉੱਪਰ ਕੀ ਕਰਜ਼ਾ ਕਰਜ਼ੇ ਤੋਂ ਕੁਵਿਲਦਾਰੀਆਂ ਕਿਉਂਕਿ ਭੈਣਾਂ ਦਾ ਵਿਆਹ ਕਰਨਾ ਸੀ ਤੇ ਬਾਪੂ ਦਾ ਜਿਹੜੀ ਗਹਿਣੇ ਪਈ ਜ਼ਮੀਨ ਸੀਗੀ ਉਹ ਚੜਾਉਣੀ ਸੀ ਉਹਦੀਆਂ ਟੈਨਸ਼ਨਾਂ ਕਿਤੇ ਨਾ ਕਿਤੇ ਮੈਨੂੰ ਲਾਈਕ ਜਿਵੇਂ ਕਹਿੰਨ ਨਾ ਇੱਕ ਚੀਜ਼ ਆ ਬੰਦੇ ਕਈ ਢੇਰੀ ਢਾ ਦਿੰਦੇ ਆ ਹੂੰ 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 ਮੈਨੂੰ ਉਹ ਚੀਜ਼ਾਂ ਨੇ ਮਤਲਬ ਜੋਤ ਜਗਾ ਕੇ ਰੱਖੀ ਵੀ ਮਨਪ੍ਰੀਤ ਕੁਝ ਜ਼ਿੰਦਗੀ ਦੇ ਵਿੱਚ ਬਣਨਾ ਔਰ ਮਗਰ ਵੀ ਕੁਝ ਨਹੀਂਗਾ ਵੀ ਜਿਹਦੇ ਕਹਿ ਕੇ ਕਹ ਲੀਏ ਵੀ ਮਤਲਬ ਇਹ ਸਾਡੇ ਲਈ ਕੁਝ ਕਰ ਦੂਗਾ ਜਾਂ ਆ ਚੀਜ਼ ਕਰ ਲੂਗਾ ਕੋਈ ਆਸ ਨਹੀਂ ਸੀਗੀ ਕਿਸੇ ਤੋਂ ਨਾ ਮੈਂ ਆਸਰੇ ਕਿ ਕਦੇ ਚੱਲੇ ਆ ਸਿਰਫ ਇੰਨੇ ਹੀ ਪਤਾ ਸੀ ਕਿ ਆਪਣੇ ਆਪ ਹੀ ਜ਼ਿੰਦਗੀ ਦੇ ਵਿੱਚ ਜਿਹੜਾ ਵੀ ਕੁਝ ਕਰਨਾ ਹੈ ਉਹ ਮੈਨੂੰ ਹੀ ਕਰਨਾ ਪੈਣਾ ਹੈ ਜੀ ਜੀ ਸੋ ਨਾ ਮੇਰੇ ਮੇਰੇ ਮੰਮੀ ਡੈਡੀ ਵੀ ਇੰਨੇ ਪੜੇ ਲਿਖੇ ਨਹੀਂ ਸੀਗੇ ਪਰ ਉਹਨਾਂ ਨੇ ਮੈਨੂੰ ਇੰਨਾ ਜ਼ਰੂਰ ਕਿਹਾ ਸੀ ਵੀ ਜੇ ਤੂੰ ਪੜ ਲਵੇਂਗਾ ਕੁਝ ਬਣ ਜਾਏਗਾ ਜੀ ਸੋ ਮੈਂ ਪੜਿਆ ਵੀ ਮੈਂ ਮਤਲਬ ਪੜਨ ਦੇ ਵਿੱਚ ਵੀ ਮੈਂ ਗੁੱਡ ਕੀਤਾ ਬਾਕੀ ਐਕਟੀਵਿਟੀਆਂ ਵੀ ਜਿੰਨਾ ਵੀ ਮਤਲਬ ਯੋਗਦਾਨ ਸੀ ਉਹ ਸਾਰਾ ਹਾਂ ਕਾਲਜ ਦੇ ਵਿੱਚ ਮੈਂ ਆਇਆ ਹੀ ਨਹੀਂ ਕਹਿੰਦਾ ਤੁਹਾਡੇ ਕੋਲ ਇੱਕੋ ਵਾਰ ਤੁਸੀਂ ਕਾਲਜ ਲਾਈਫ ਹੁੰਦੀ ਆ ਤੁਸੀਂ ਉਹਦੇ ਵਿੱਚ ਫਨ ਵੀ ਕਰੋ ਪੜੋ ਵੀ ਤੇ ਨੈਟ ਕੇ ਜੇ ਤੁਹਾਨੂੰ ਕੋਈ ਕਿਸੇ ਫੀਲਡ ਦੇ ਵਿੱਚ ਤੁਹਾਡਾ ਇੰਟਰਸਟ ਹੈਗਾ ਤਾਂ ਉਹਨੂੰ ਵੀ ਤੁਸੀਂ ਉੱਥੇ ਪੂਰਾ ਕਰ ਸਕਦੇ ਹੋ ਸੋ ਹੁਣ ਗੱਲ ਆਪਣੀ ਚੱਲਣ ਲੱਗੀ ਸੀ ਚਲੋ ਘਰ ਪਰਿਵਾਰ ਬਾਰੇ ਤੇ ਘਰ ਪਰਿਵਾਰ ਬਾਰੇ ਵੀ ਦੱਸ ਦੋ ਪਰਸਨਲ ਮਤਲਬ ਜੇ ਤੁਸੀਂ ਚਾਹੋ ਤਾਂ ਤੁਸੀਂ ਦੱਸ ਸਕਦੇ ਹੋ ਇਹ ਆਪਣੇ ਘਰ ਪਰਿਵਾਰ ਦੇ ਵਿੱਚ ਮਤਲਬ ਕੌਣ-ਕੌਣ ਹੈਗਾ ਹੈ ਬਿਲਕੁਲ ਜੀ ਮੇਰੇ ਪਰਿਵਾਰ ਦੇ ਵਿੱਚ ਮੇਰੇ ਮੰਮੀ ਇੰਡੀਆ ਰਹਿੰਦੇ ਆ ਤੇ ਇੱਥੇ ਮੇਰੇ ਵਾਈਫ ਠੀਕ ਹੈ ਤੇ ਵਾਈਫ ਸਤਿੰਦਰ ਬੋਪਰ ਹੈ ਮੇਰਾ ਇੱਕ ਬੇਟਾ ਤੇ ਇੱਕ ਮੇਰੀ ਬੇਟੀ ਹੈ ਜੀ 3 ਸਾਲ ਦੀ ਠੀਕ ਹੈ ਸੋ ਅਸੀਂ ਉਰੇ ਚਾਰ ਜਣੇ ਰਹਿੰਦੇ ਆ ਤੇ ਮੇਰੇ ਵਾਈਫ ਜਿਹੜੇ ਹੈਗੇ ਆ ਉਹ ਸੀਨੀਅਰ ਵੈਬ ਡਿਵੈਲਪਰ ਨੇ ਸੀਆਈਬੀਸੀ ਬੈਂਕ ਦੇ ਵਿੱਚ ਜੇ ਮੈਂ ਕਹਾਂ ਕਿ ਉਹਨਾਂ ਦਾ ਬਹੁਤ ਯੋਗਦਾਨ ਹੈ ਮੇਰੀ ਲਾਈਫ ਦੇ ਵਿੱਚ ਈਵਨ ਕਿ ਸਾਡਾ ਦੋਨਾਂ ਦਾ ਲਾਈਕ ਮੇਰਾ ਤੇ ਸਤਿੰਦਰ ਦੀ ਲਵ ਮੈਰਿਜ ਹੈ ਤੇ ਅਸੀਂ ਮੈਂ ਜਦ ਕਾਲਜ ਲਾਈਫ ਦੇ ਵਿੱਚ ਸੀ ਜਦ ਮੈਨੂੰ ਸਤਿੰਦਰ ਮਿਲੀ ਜੀ ਜਿਵੇਂ ਕਹਿੰਦੇ ਨੇ ਕਈ ਕੁੜੀਆਂ ਜਦੋਂ ਤੁਹਾਡੇ ਲਾਈਫ ਦੇ ਵਿੱਚ ਆਉਂਦੀਆਂ ਨੇ ਤੁਹਾਡਾ ਜ਼ਿੰਦਗੀ ਤੁਹਾਡੀ ਚੇਂਜ ਹੁੰਦੀ ਆ। ਹੂੰ ਹੂੰ। ਉਸੇ ਤਰ੍ਹਾਂ ਦਾ ਮੈਂ ਚੇਂਜ ਦੇਖਿਆ ਕਿਉਂਕਿ ਉਹਨੇ ਮੈਨੂੰ ਕਿਉਂਕਿ ਇਧਰੋਂ ਜਿਹੜੇ ਮੇਰੇ ਇਨ-ਲਾ ਸਿਗੇ ਬਹੁਤ ਪੜੇ ਲਿਖੇ ਸੀ। ਮੇਰੇ ਡੈਡੀ ਆਪਣੇ ਪਰਮਿੰਦਰਜੀਤ ਸਿੰਘ ਸਿੱਧੂ ਇਹ ਸਾਇੰਸ ਕਾਲਜ ਦੇ ਵਿੱਚ ਉਹ ਫਿਜ਼ਿਕਸ ਦੇ ਪ੍ਰੋਫੈਸਰ ਸੀਗੇ ਜੀ। ਅੱਛਾ ਜੀ। ਕਲਾਸ 1 ਰੈਂਕ ਦੇ ਆਫੀਸਰ। ਹੂੰ ਹੂੰ। ਤੇ ਇਹ ਉੱਥੋਂ ਰਿਟਾਇਰ ਹੋਏ ਆ ਤੇ ਮੇਰੇ ਮਦਰ-ਇਨ-ਲਾ ਬਲਜੀਤ ਕੌਰ ਸਿੱਧੂ ਉਹ ਆਪਣੇ ਮੁੰਡਿਆਂ ਦੇ ਆਪਣੇ ਸਕੂਲ ਦੇ ਵਿੱਚ ਕਮਰਸ ਦੇ ਲੈਕਚਰਰ ਰਿਟਾਇਰ ਹੋਏ ਆ ਜੀ ਕਿਉਂਕਿ ਇਧਰ ਇਨ ਲਾ ਉਸ ਪੜੇ ਹੋਏ ਸੀਗੇ ਮੇਰੇ ਡੈਡੀ ਮੰਮੀ ਲਾਈਕ 10ਵੀਂ ਪਾਸ ਠੀਕ ਹੈ ਕਿਉਂਕਿ ਸਾਡੇ ਵਿਆਹ ਵਾਲਾ ਇਹ ਸੀਗਾ ਵੀ ਚਲੋ ਠੀਕ ਆ ਜਟਾਂ ਦੇ ਚਲੋ ਦੋਨੋਂ ਹੀ ਆ ਕਾਸਟ ਦਾ ਕੁਝ ਨਹੀਂ ਸੀਗਾ ਬਟ ਬਾਕੀ ਫੈਮਿਲੀ ਬੈਕਗਰਾਉਂਡ ਦਾ ਬਹੁਤ ਸੀਗਾ ਉਹ ਵੀ ਤੁਹਾਡੇ ਲਈ ਇੱਕ ਟਾਸਕ ਹੋ ਗਿਆ ਹੋਊਗਾ ਉਹ ਇੱਕ ਟਾਸਕ ਹੋ ਗਿਆ ਵੀ ਜੇ ਭਾਈ ਤੂੰ ਨਾ ਪੜਿਆ ਫੇਰ ਨਹੀਂ ਹੋਣਾ ਫਿਰ ਐਮਬੀਏ ਮੇਰੀ ਮਤਲਬ ਹੁਣ ਜਿਹੜੇ ਵਾਈਫ ਆ ਉਹਨਾਂ ਨੇ ਮੇਰੀ ਐਮਬੀਏ ਤੇ ਐਮਏ ਕਰਨ ਲਈ ਪੋਲੀਟਿਕਲ ਸਾਇੰਸ ਦੇ ਵਿੱਚ ਮੇਰਾ ਬਹੁਤ ਇੰਟਰਸਟ ਸੀ ਤੇ ਉਹ ਉਹਨਾਂ ਨੇ ਕਰਵਾਈ ਮੀਨਿਮਮ ਕਮਾਂ ਤੇ ਉਸ ਤੋਂ ਬਾਅਦ ਜੌਬ ਦੇ ਵਿੱਚ ਵੀ ਜਦੋਂ ਮੈਂ ਹੋਣਾ ਵੀ ਜਰ ਜੌਬ ਦੇ ਵਿੱਚ ਚਲਾ ਗਿਆ ਜਾਂ ਮੈਨੂੰ ਹਮੇਸ਼ਾ ਮੋਟੀਵੇਟ ਕਰਨਾ ਮੇਰੀ ਪਹਿਲੀ ਜੌਬ ਤੋਂ ਲੈ ਕੇ ਹੁਣ ਤੱਕ ਜੇ ਕਿਸੇ ਦਾ ਸਾਥ ਹੈਗਾ ਉਹ ਸਤਿੰਦਰ ਗੋਪਾ ਰੈਦਾ ਸੋ ਕਹਨੇ ਹੁੰਦੇ ਆ ਕਿ ਕੁੜੀਆਂ ਕਈ ਆਉਂਦੀਆਂ ਨੇ ਤੁਹਾਡੀ ਕਿਸਮਤ ਚਮਕਦੀ ਆ ਮੇਰੀ ਕਿਸਮਤ ਦੋ ਇਨਸਾਨਾਂ ਦੇ ਨਾਲ ਚਮਕੀਆ ਮੇਰੀ ਵਾਈਫ ਤੇ ਮੇਰੇ ਡੈਡੀ ਦੇ ਨਾਲ ਜੀ ਮੈਂ ਉਹਨਾਂ ਦਾ ਯੋਗਦਾਨ ਅੱਬ ਦੇ ਨਾਲ ਵੀ ਵੱਧ ਗਿਆਦਾ ਜੀ ਸੋ ਹਾਂਜੀ ਇਹ ਤਾਂ ਹੋ ਗਈ ਆਪਣੀ ਇੰਡੀਆ ਦੀ ਪੰਜਾਬ ਦੀ ਸਾਰੀ ਜਰਨੀ ਹੁਣ ਆਪਾਂ ਚੜਦੇ ਆ ਜਹਾਜ਼ ਜਹਾਜ਼ ਚੜ ਗਿਆ ਆਪਾਂ ਕੈਨੇਡਾ ਆਉਣੇ ਆ ਬਿਲਕੁਲ ਜੀ ਕੈਨੇਡਾ ਆ ਕੇ 에어ਪੋਰਟ ਤੋਂ ਲੈ ਕੇ ਬੇਸਮੈਂਟ ਤੋਂ ਲੈ ਕੇ ਕਾਰ ਤੋਂ ਲੈ ਕੇ ਤੇ ਕਾਰ ਡੀਲਰਸ਼ਿਪਸ ਖੋਲਣ ਤੱਕ ਦਾ ਜਿਹੜਾ ਸਫਰ ਆ ਮੈਨੂੰ ਪਤਾ ਬਹੁਤ ਜ਼ਿਆਦਾ ਔਖਾ ਰਿਹਾ ਹੋਏਗਾ ਹਮ ਮੈਂ ਅਸਲ ਦੇ ਵਿੱਚ ਇਹ ਸੁੰਣਾ ਚਾਹਣਾ ਕਿ ਜਿਹੜਾ ਤੁਹਾਨੂੰ ਇੱਕ ਲੱਗਦਾ ਨਾ ਕਿ ਮੇਰੀ ਜ਼ਿੰਦਗੀ ਦਾ ਯਾਰ ਬੜਾ ਇਹ ਔਖਾ 파ੜ ਸੀ ਸਟਾਰਟਿੰਗ ਦੇ ਦਿਨਾਂ ਦੇ ਵਿੱਚ ਵੀ ਮੈਨੂੰ ਬਹੁਤ ਜ਼ਿਆਦਾ ਔਖਾਈ ਹੋਈ ਉਹਦੇ ਬਾਰੇ ਥੋੜਾ ਚੰਨਣਾ ਪਾਓ ਦੇਖੋ ਕਈ ਬੰਦੇ ਸਟਰਗਲ ਕਰਦੇ ਆ ਇੱਕ ਵਾਰ ਮੈਨੂੰ ਮੈਂ ਕਹਿੰਨਾ ਕਿ ਦੋ ਵਾਰ ਸਟਰਗਲ ਕਰਨੀ ਪਈ ਇੱਕ ਵਾਰ ਪੰਜਾਬ ਦੇ ਵਿੱਚ ਆਪਣੇ ਆਪ ਨੂੰ ਬਿਲਕੁਲ ਪੈਰਾਂ ਤੋਂ ਲੈ ਕੇ ਖੜੇ ਖੜੇ ਹੋਣ ਤੱਕ ਪੂਰਾ ਮਤਲਬ ਤੁਹਾਨੂੰ ਪਤਾ ਆਲਰੇਡੀ ਮੈਂ ਆਪਾਂ ਗੱਲ ਕਰੀ ਆ ਉਹਦੇ ਵਿੱਚ ਕਿ ਇੱਕ ਵਾਰ ਉੱਥੇ ਸਟਰਗਲ ਆਪਣੇ ਆਪ ਨੂੰ ਸਥਾਪਿਤ ਕਰਨਾ ਪੂਰੇ ਸਿਖਰਲੇ ਡੰਡੇ ਤੇ 500 ਬੰਦਿਆਂ ਦੀ ਟੀਮ ਛੱਡ ਕੇ ਜਾਂ ਤੁਸੀਂ ਵਾਪਸ ਕੈਨੇਡਾ ਓਨਿਓ ਇੱਕ ਬਿਜ਼ਨਸ ਦਾ ਸੁਪਨਾ ਲੈ ਕੇ ਸੋ ਸਿੱਧਾ ਤੁਸੀਂ ਫਿਰ ਇੱਕ ਲੈਂਡ ਕਰਦੇ ਹੋ 에어ਪੋਰਟ ਤੇ ਤੇ ਉਹਦੇ ਤੋਂ ਫਿਰ 500 ਸਕੁਅਰ ਫਿਟ ਦੀ ਬੇਸਮੈਂਟ ਦੇ ਵਿੱਚ ਇੱਕ ਕਮਰੇ ਵਾਲੀ ਦੇ ਵਿੱਚ 1 ਬੈੱਡਰੂਮ ਦੇ ਵਿੱਚ 1 ਬੈੱਡਰੂਮ ਦੇ ਵਿੱਚ ਹਾਂਜੀ ਉਹ ਟਫ ਸੀਗਾ ਜੀ ਆਉਣ ਲੱਗੇ ਜਦ ਇੱਥੇ ਟਫ ਲੱਗਿਆ ਤੇ ਪਰ ਸੁਪਨੇ ਵੱਡੇ ਸੀ ਮਤਲਬ ਜਿਹੜੀਆਂ ਮੁਸੀਬਤਾਂ ਜਿਹੜੀਆਂ ਦਿਖਦੀਆਂ ਸੀਗੀਆਂ ਉਹਨਾਂ ਨਾਲੋਂ ਮਤਲਬ ਇਹ ਹੈ ਸੀਗਾ ਵੀ ਕੁਝ ਕਰਨ ਦਾ ਜਿਹੜਾ ਆਪਣੇ ਆਪ ਦੇ ਵਿੱਚ ਮਿਹਨਤ ਕਰਨ ਦਾ ਜਨੂਨ ਜਾਂ ਮੈਂ ਇੱਕ ਕੈਨੇਡਾ ਨੂੰ ਜਿਹੜਾ ਮੰਨਦਾ ਸੀ ਨਾ ਵੱਡੀ ਓਪਰਚ्युनिटी ਵੀ ਮੈਨੂੰ ਵੱਡੀ ਓਪਰਚ्युनिटी ਮਿਲੀ ਹੈ ਜਿਹੜਾ ਮੈਂ ਕੁਝ ਚੀਜ਼ ਬਿਜ਼ਨਸ ਇੰਡੀਆ ਦੇ ਵਿੱਚ ਨਹੀਂ ਕਰ ਪਾਇਆ ਉਹ ਸ਼ਾਇਦ ਮੈਂ ਇੱਥੇ ਜਾ ਕੇ ਕਰੂੰਗਾ ਸੋ ਗੱਲ ਸਟਾਰਟ ਹੁੰਦੀ ਹੈ ਜਿਵੇਂ 15 ਨਵੰਬਰ 2010 ਨੂੰ ਮੈਂ ਇੱਥੇ ਆਇਆ ਤੇ 2-3 ਦਿਨਾਂ ਬਾਅਦ ਮੈਂ ਕੰਮ ਸ਼ੁਰੂ ਕਰਤਾ ਜੀ ਜੀ ਪਹਿਲਾ ਕੰਮ ਮੇਰਾ ਸਕੂਅਰ 1 ਦੇ ਵਿੱਚ ਸੀਗਾ ਕਿਸੇ ਏਜੰਸੀ ਨੇ ਭੇਜਿਆ ਬਕਸ ਜਿਹੜੀਆਂ ਸੀਗੀਆਂ ਉਹ ਅਸੀਂ ਸਟੋਰੇਜ ਇਧਰੋਂ ਉਧਰ ਮੂਵ ਕਰਨੀਆਂ ਸੀਗੀਆਂ ਪੇਂਟਿੰਗ ਦਾ ਕੰਮ ਸੀ ਫਿਰ ਉਸ ਤੋਂ ਬਾਅਦ ਮੈਨੂੰ ਕੰਮ ਮਿਲਿਆ ਇੱਕ ਲੋਡਿੰਗ ਅਨਲੋਡਿੰਗ ਦਾ ਇੱਕ ਟਰਕਿੰਗ ਕੰਪਨੀ ਦੇ ਵਿੱਚ ਚੀਨ ਆ ਚੀਨਿਆਂ ਦਾ ਆਪਣਾ ਵੇਅਰ ਹਾਊਸ ਸੀਗਾ ਉਹਦੇ ਵਿੱਚ ਬੋਰੀਆਂ ਜਿਹੜੀਆਂ 50 50 ਕਿਲੋ ਦੀਆਂ ਚੱਕ ਕੇ ਵੱਡਾ ਭਾਰੀ ਬਲਕੀ ਕੰਮ ਮਤਲਬ ਇੱਕ ਕੁਰਸੀ ਤੋਂ ਉੱਠ ਕੇ ਇੱਕ ਬਲਕੀ ਕੰਮ ਕਰਨਾ ਉਹ ਹੱਡ ਤੋੜਵੀਂ ਮਿਹਨਤ ਵਾਲਾ ਕੰਮ ਕਰਨਾ ਔਖਾ ਸੀਗਾ ਮੈਂ ਕਰਿਆ ਉਹ ਮੈਨੂੰ ਏਜੰਸੀ ਨੇ ਪੁੱਛਿਆ ਵੀ ਤੂੰ ਕਰ ਲੇਂਗਾ ਮੈਂ ਕਿਹਾ ਜੀ ਹਾਂ ਕਰ ਲੂੰਗਾ ਪਰ ਮੈਨੂੰ ਤੁਸੀਂ ਡਾਲਰ ਜਿਹੜੇ 8 9 ਦੇ ਰਹੇ ਹੋ ਜਿਹੜਾ ਕੰਮ ਹੈਗਾ ਉਹ 12 13 ਡਾਲਰ ਦਾ ਮੈਂ ਕਰ ਲੂੰਗਾ ਬੜ ਮੇਰੇ ਪੈਸੇ ਵਧਾ ਦਿਓ ਉਹ ਹਜੇ ਗੱਲ ਚੱਲੀ ਰਹੀ ਸੀ ਉਸ ਦੇ ਵਿੱਚ ਵਿੱਚ ਹੀ ਕਿਉਂਕਿ ਥੋੜਾ ਜਿਹਾ ਜਦੋਂ ਤੁਸੀਂ ਨਵੇਂ ਆਉਣੇ ਹੋ ਕਾਰਾਂ ਦਾ ਵੀ ਇਸ਼ੂ ਹੁੰਦਾ ਸਾਡੇ ਕੋਲ ਇੱਕੋ ਹੀ ਕਾਰ ਸੀ ਉਸ ਟਾਈਮ ਬਾਲਿਆਂ ਨੂੰ ਮੈਂ ਦੱਸ ਦਿੰਨਾ ਉਸ ਟਾਈਮ ਸਾਡੇ ਕੋਲ ਟੋヨタ ਦੀ ਕਰੋਲਾ ਸੀਗੀ ਹੂੰ ਹੂੰ ਠੀਕ ਹੈ ਕਿਉਂਕਿ ਪਤਾ ਲੱਗ ਜਵੇ ਵੀ ਲਾਈਕ ਵੀ ਆਉਣ ਵਾਲੇ ਜਿਹੜੇ ਜਦੋਂ ਹੁੰਦੇ ਆ ਨਾ ਕਿਉਂਕਿ ਤੁਹਾਡੇ ਕਾਰਾਂ ਜ਼ਰੂਰੀ ਆ ਵੀ ਤੁਹਾਡੀਆਂ ਜਿਹੜੀਆਂ ਪਹਚਾ ਸਕਣ ਇਹ ਮੈਟਰ ਨਹੀਂ ਕਰਦੀ ਤੁਹਾਡੇ ਕੋਲ ਕਾਰ ਕਿਹੜੀ ਆ ਹੂੰ 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 ਚਲੋ ਮੈਨੂੰ ਇਹ ਸੀਗਾ ਜੀਵਨ ਮੇਰਾ ਬ੍ਰਦਰ ਤੇ ਵੀ ਸਾਨੂੰ ਦੋਨਾਂ ਨੂੰ ਇਕੱਠਿਆਂ ਨੂੰ ਕੰਮ ਮਿਲ ਜਵੇ ਹੂੰ ਹੂੰ ਸਾਨੂੰ ਇੱਕ ਪਲਾਸਟਿਕ ਫੈਕਟਰੀ ਦੇ ਵਿੱਚ ਇੱਕ ਏਜੰਸੀ ਦੇ ਥਰੂ ਕੰਮ ਮਿਲਿਆ ਜੀ ਸਾਡੀ ਸ਼ਿਫਟ ਸੀਗੀ ਪਲਾਸਟਿਕ ਫੈਕਟਰੀ ਦੇ ਵਿੱਚ ਸ਼ਾਮ ਨੂੰ 7 ਵਜੇ ਤੋਂ ਸਵੇਰੇ 7 ਵਜੇ ਤੱਕ 12 ਘੰਟੇ ਦੀ ਸ਼ਿਫਟ 12 ਘੰਟੇ ਦੀ ਸ਼ਿਫਟ ਤੇ ਉਹਦੇ ਵਿੱਚ ਵੀ ਮਤਲਬ ਇੰਨਾ ਕਿ ਤੁਸੀਂ ਖਾਣ ਦਾ ਬਿਲਕੁਲ ਟਾਈਮ ਨਹੀਂ ਪਲਾਸਟਿਕ ਦੇ ਮੈਟ ਬਣਦੇ ਸੀ ਜਿਹੜੇ ਕਾਰਾਂ ਦੇ ਬਣਦੇ ਆ ਉਹਦੇ ਵਿੱਚ ਕੱਟ ਕੇ ਮੈਟ ਪੈਕ ਕਰਨਾ ਜੇ ਤੁਹਾਨੂੰ 10 ਸੈਕਿੰਡ ਜਾਂ 5 ਸੈਕਿੰਡ ਵੀ ਵੱਧ ਲੱਗ ਜਾਣ ਉਹ ਮੈਟ ਨੂੰ ਪੈਕ ਕਰਨ ਨੂੰ ਇੱਕ ਨੂੰ ਦੂਜਾ ਮੈਟ ਆ ਕੇ ਨਾਲ ਚਿਪਕ ਕੇ ਮਸ਼ੀਨ ਬੰਦ ਹੋ ਜਾਂਦੀ ਸੀ ਵੀ ਸਾਰਾ ਕੰਮ ਖਰਾਬ ਹੋ ਜਾਂਦਾ ਸੀ ਮਸ਼ੀਨ ਖੜ ਗਈ ਸੂਪਰਵਾਈਜ਼ਰ ਨੇ ਆ ਜਾਣਾ ਦੂਜੇ ਦਿਨ ਉਹਨੇ ਤੁਹਾਨੂੰ ਕੰਮ ਤੇ ਨਹੀਂ ਬੁਲਾਉਣਾ ਤੇ ਤੁਹਾਨੂੰ ਜਦੋਂ ਇੱਥੇ ਆਏ ਐ ਨਹੀਂ ਲੱਗਿਆ ਯਾਰ ਜਦੋਂ ਖਾਸ ਕਰਕੇ ਇਹੋ ਜਿਹੇ ਕੰਮ ਕੀਤਾ ਕਿ ਯਾਰ ਮੈਂ ਕਿੱਥੇ 500 ਬੰਦੇ ਦੀ ਟੀਮ ਸੰਭ ਰਿਆ ਸੀ ਇੱਥੇ ਮੈਂ ਕਿਸੇ ਵੈਂਡਰ ਉਹ ਵੀ ਇਹੋ ਜਿਹੇ ਕੰਮ ਕਰ ਰਿਹਾ ਕਿ ਜਿਹੜਾ ਉੱਥੇ ਮੈਂ ਸੋਚਿਆ ਵੀ ਨਹੀਂ ਸੀ ਬਿਲਕੁਲ ਉਦੋਂ ਔਖਾ ਨਹੀਂ ਲੱਗਿਆ ਯਾਰ ਵੀ ਕਿੱਥੇ ਫਸ ਗਏ ਇੰਡੀਆ ਹੀ ਮੁੜ ਜਾਣੇ ਮੈਨੂੰ ਇਹ ਦੇ ਵਿੱਚ ਜਦੋਂ ਜ਼ਿਆਦਾ ਮੈਂ ਜਦੋਂ ਆਪਣਾ ਟਰਕਿੰਗ ਆਨ ਲੋਡਿੰਗ ਦਾ ਕੰਮ ਕਰਦਾ ਸੀਗਾ ਚੀਨੀਆਂ ਦੇ ਤੇ ਉਦੋਂ ਮੇਰੇ ਮੰਮੀ ਨੇ ਮੈਨੂੰ ਕਿਹਾ ਕਿ ਵੀ ਮਨੀ ਤੈਨੂੰ ਲੱਗਦਾ ਨਹੀਂਗਾ ਵੀ ਜਿਹੜੀ ਤੇਰੀ ਜੌਬ ਹੈਗੀ ਆ ਜਿਹੜੀ ਪਹਿਲਾਂ ਇੰਡੀਆ ਦੇ ਵਿੱਚ ਜੌਬ ਸੀ ਪੰਜਾਬ ਦੇ ਵਿੱਚ ਦਿੱਤਿਆ ਬਿਰਲਾ ਗਰੁੱਪ ਦੇ ਵਿੱਚ ਆਈਡੀਆ ਦੇ ਵਿੱਚ ਤੈਨੂੰ ਵਾਪਸ ਮਿਲ ਜੂਗੀ ਮੈਂ ਕਿਹਾ ਜੌਬ ਤਾਂ ਉਸ ਤੋਂ ਵਧੀਆ ਵੀ ਮਿਲ ਜੂਗੀ ਪਰ ਹੁਣ ਆਪਾਂ ਵਾਪਸ ਨਹੀਂ ਆਣਾ ਠੀਕ ਮਤਲਬ ਸੋਚ ਕੇ ਹੀ ਆਏ ਸੀ ਬਸ ਹੀ ਆ ਗਏ ਯਾ ਲੇਕ ਪਤਾ ਕੀ ਆ ਮੇਰਾ ਸ਼ੁਰੂ ਤੋਂ ਹੀ ਇਹੀ ਰਿਹਾ ਵੀ ਜਦੋਂ ਪੈਰ ਪੁੱਟਿਆ ਅਗਾਹਾਂ ਨੂੰ ਪੁੱਟਿਆ ਸੋਚ ਕੇ ਪੁੱਟਿਆ ਮਿਹਨਤ ਨਾਲ ਪੁੱਟਿਆ ਬਾਕੀ ਭਾਗ ਉਹਨੇ ਮਾਲਕ ਨੇ ਹਮੇਸ਼ਾ ਲਾਇਆ ਬਾ ਉਹਨੇ ਫੜੀ ਆ ਮੈਨੂੰ ਆਪਣੇ ਆਪ ਤੋਂ ਵੀ ਜ਼ਿਆਦਾ ਮੇਰੇ ਬਾਪੂ ਦੀਆਂ ਦਵਾਵਾਂ ਤੇ ਯਕੀਨ ਸੀ ਹੂੰ ਹੂੰ ਮੈਨੂੰ ਇੱਕ ਯਕੀਨ ਸੀ ਵੀ ਬਾਕੀ ਕੁਝ ਨਾ ਹੋਵੇ ਮੈਂ ਮਿਹਨਤ ਜ਼ਰੂਰ ਕਰ ਲੈਣੀ ਆ ਹਾਂ ਬੇ ਕੁਝ ਨਾ ਕੁਝ ਤਾਂ ਕਰੂੰਗਾ ਭੁੱਖਾ ਨਹੀਂ ਮੈਂ ਮਰਦਾ ਇੰਨੀ ਇੰਨੀ ਗੱਲ ਦਾ ਯਕੀਨ ਜ਼ਰੂਰ ਸੀ ਸੋ ਉਹੀ ਯਕੀਨ ਕਰਦੇ ਕਰਦੇ ਚਲੋ ਸਾਡਾ ਕੰਮ 1.5 ਮਹੀਨੇ ਹੋ ਚੱਲੇ ਆ ਪਲਾਸਟਿਕ ਫੈਕਟਰੀ ਵਾਲਾ ਉਸ ਤੋਂ ਬਾਅਦ 크리스마ਸ ਦੀਆਂ ਜਿਵੇਂ ਛੁੱਟੀਆਂ ਆਉਂਦੀਆਂ ਨੇ ਉਹ 10-12 ਦਿਨ ਲਈ ਫੈਕਟਰੀ ਬੰਦ ਹੋ ਗਈ ਜੀ ਸਾਨੂੰ ਅਸੀਂ ਉਸ ਜਰਮਾਂ ਸ਼ੁਰੂ ਕਰਤੀਆਂ ਸੀ 50 ਦੇ ਨਾਲ 40 ਦੇ ਨਾਲ 45 ਦੇ ਨਾਲ ਹੁਣ ਮੈਨੂੰ ਪਤਾ ਨਹੀਂ ਕਦੋਂ ਉਹ ਕਿੰਨਾ ਕੁ ਰੇਟ ਸੀ ਮੇਰੇ ਹਿਸਾਬ ਨਾਲ ਇੰਨਾ 40-45 ਦੇ ਵਿੱਚ ਹੀ ਸੀਗਾ ਕੁਛ ਹਨ ਤੇ ਚਲੋ 100 ਬਣਨਾ 4500 ਹੋ ਗਿਆ ਤੇ ਦੂਜੀ ਗੱਲ ਹੋ ਕੇ ਵੀ ਮੈਂ 1.5 ਲੱਖ ਉੱਥੇ ਕਮਾਉਂਦਾ ਸੀ ਮੈਨੂੰ ਉਹ ਵੀ ਸੀਗਾ ਵੀ ਮੈਂ ਇੰਨਾ ਕ ਤਾਂ ਬਣੀ ਇੰਨਾ ਕ ਤਾਂ ਬਣੀ ਨਾ ਵੀ ਆਈ ਨਾ ਹੋਵੇ ਵੀ ਮੈਂ ਉਹ ਤੋਂ ਵੀ ਹੀਟਾ ਚਲਾ ਜਾਵਾਂ ਸੋ ਫਿਰ ਜਾਨੂ ਸਾਨੂੰ ਆਪਣੇ ਜੀਵਨ ਨੂੰ ਕਿਸੇ ਏਜੰਸੀ ਦੇ ਥਰੂ ਕਾਲ ਆਇਆ ਆਪਣਾ ਬੇਕਰੀ ਤੋਂ ਵੀ ਬੇਕਰੀ ਦੇ ਵਿੱਚ ਜੌਬ ਆ ਬੇਕਰੀ ਵਾਲਿਆਂ ਨੇ ਉਹਨੂੰ ਰੱਖਿਆ ਨਹੀਂ ਤੇ ਮੈਨੂੰ ਉੱਥੇ ਜਿਹੜੀ ਹਾਇਰਿੰਗ ਏਜੰਸੀ ਵਾਲੀ ਕੁੜੀ ਬੈਠੀ ਸੀ ਉਹ ਮੈਨੂੰ ਦੇਖ ਕੇ ਕਹਿੰਦੀ ਵੀ ਤੁਹਾਨੂੰ ਰੱਖ ਲਾਂਗੇ ਜਿਵੇਂ ਜਾਦਾ ਛੋਟਾ ਸੀ ਮੇਰੇ ਤੋਂ 10 ਸਾਲ ਦਾ ਸਾਡਾ ਏਜ ਦਾ 9-10 ਸਾਲ ਦਾ ਫਰਕ ਆ ਤੇ ਮੈਂ ਕਿਹਾ ਵੀ ਠੀਕ ਆ ਜੇ ਤੁਸੀਂ ਰੱਖਣਾ ਤੁਸੀਂ ਰੱਖ ਲਓ ਮੈਂ ਵੀ ਫ੍ਰੀ ਹੋ ਸੀ ਮੈਂ ਕਿਹਾ ਵੀ ਚਲ ਹੁਣ ਇਹਨਾਂ ਨੇ ਆਪ ਪੁੱਛਿਆ ਤੇ ਆਪਾਂ ਥੋੜਾ ਜਿਹਾ ਵੀ ਆਪਾਂ ਵੀ ਆਪਣੇ ਪਗਾਲੀਏ ਥੋੜਾ ਜਿਹਾ ਹਣਾ ਮੈਂ ਕਿਹਾ ਵੀ ਜੇ ਮੈਂ ਦੇਖੋ ਪਹਿਲੀ ਗੱਲ ਤਾਂ ਇਹ ਮੈਂ ਏਜੰਸੀ ਥਰੂ ਨਹੀਂ ਲੱਗਣਾ ਦੂਜੀ ਗੱਲ ਮੈਂ ਤਾਂ ਹਾਇਰ ਹੋਣਾ ਜੇ ਤੁਸੀਂ ਮੈਨੂੰ 11 ਡਾਲਰ ਦਿਓਗੇ ਚਲੋ ਉਹਨਾਂ ਨੇ ਮੈਨੂੰ 11 ਡਾਲਰ ਦਿੱਤੇ ਜੀ ਫਿਰ ਉੱਥੇ ਮੈਂ 2.5 ਮਹੀਨੇ ਕੰਮ ਕਰਿਆ ਫਿਰ ਨਾਲ ਦੀ ਨਾਲ ਮੈਂ AZ ਲਾਇਸੈਂਸ ਟਰੱਕਿੰਗ ਦੇ ਵਿੱਚ AZ ਲਾਇਸੈਂਸ ਲੈ ਲਿਆ ਸੀ ਜੀ ਸੋ ਫਿਰ ਤੁਹਾਡਾ ਮਤਲਬ ਇਹ ਹੋ ਗਿਆ ਵੀ ਹੁਣ ਟਰੱਕਿੰਗ ਵੱਲ ਜਾਣੇ ਆ ਓਬਵੀਅਸ ਗੱਲ ਆ ਉਹਦੇ ਪੈਸੇ ਜ਼ਿਆਦੇ ਬੰਦੇ ਆ ਤੇ ਚੀਜ਼ ਮੈਂ ਤੁਸੀਂ ਉਹੀ ਕਰਨ ਆਏ ਹੋਣੇ ਆ ਕਿ ਆਪਾਂ ਬਿਜ਼ਨਸ ਸੈੱਟ ਕਰਨਾ ਚਲੋ ਟਰੱਕਿੰਗ ਇੱਕ ਆਪਣੇ ਵੈਸੇ ਵੀ ਬੰਦਿਆਂ ਨੂੰ ਥੋੜੀ ਜ਼ਿਆਦਾ ਪਸੰਦ ਹੁੰਦੀ ਆ ਤੇ ਇੱਧਰ ਨੂੰ ਚੱਲਦੇ ਆ ਫਿਰ ਇੱਧਰ ਨੂੰ ਹੋ ਗਿਆ ਰੁਝਾਨ ਸਾਰ ਫਿਰ ਹਾਂਜੀ ਬਿਲਕੁਲ ਟਰੱਕਿੰਗ ਦੇ ਵਿੱਚ ਮੈਨੂੰ ਆਹੀ ਸੀਗਾ ਜਿਹੜਾ ਆਪਾਂ ਜਿਵੇਂ ਜਿੰਨਾ ਚਿਰ ਦੇਖ ਲਿਆ ਵੀ ਜੇ ਤੁਸੀਂ ਕਰ ਲੈਣਾ ਤੁਹਾਨੂੰ ਟਰੱਕ ਚਲਾਉਣਾ ਜ਼ਰੂਰੀ ਆ ਜਾਂ ਜਦੋਂ ਇੰਨਾ ਬਾਕੀ ਇਹ ਵੀ ਆ ਕਿ ਇਨਾ ਟਾਈਮ ਹੀ ਨਹੀਂ ਮਿਲਿਆ ਪ੍ਰਭ ਸੋਚਣ ਦਾ ਬਈ ਮੈਂ ਇਹ ਵੀ ਕਰ ਸਕਦਾ ਕਿਉਂਕਿ ਮੈਂ ਹੁਣ ਪੜਿਆ ਹੋਇਆ ਤੁਹਾਨੂੰ ਪਤਾ ਗ੍ਰੈਜੂਏਸ਼ਨ ਪੋਸਟ ਗ੍ਰੈਜੂਏਸ਼ਨ ਤੇ ਐਮਬੀਏ ਆ ਠੀਕ ਹੈ ਪਰ ਫਿਰ ਇਨਾ ਟਾਈਮ ਹੀ ਨਹੀਂ ਮਿਲਿਆ ਕਿ ਮੈਂ ਸੋਚਾਂ ਵੀ ਆਪਦੇ ਲਈ ਮੈਂ ਇਹ ਚੀਜ਼ ਕਰਾਂ ਜਾਂ ਲਾਈਕ ਮੈਨੂੰ ਇਹੀ ਆ ਕਿ ਬੁਹਾ ਦੇ ਨਾਲ ਮੈਨੂੰ ਲੱਗਿਆ ਵੀ ਸ਼ਾਇਦ ਟਰਕਿੰਗ ਦੇ ਵਿੱਚ ਪੈਸੇ ਵੱਧ ਨੇ ਮੈਂ ਇਹ ਲਾਇਸੈਂਸ ਮਿਲ ਗਿਆ ਛੇਤੀ ਮਿਲ ਜਾਂਦਾ ਆਪਣੇ ਆਪਾਂ ਡਰਾਈਵਿੰਗ ਕਰਨ ਨੂੰ ਸਾਰੇ ਪੰਜਾਬੀ ਜਿਹੜੇ ਕਈ ਤੇਜ਼ ਆ ਹਨਾ ਚਲੋ ਲਾਇਸੈਂਸ ਲੈ ਲਿਆ ਜੀ ਲਾਈਸੈਂਸ ਲੈਣ ਤੋਂ ਬਾਅਦ ਫਿਰ ਕੋਈ ਜੌਬ ਨਾ ਦੇਵੇ। ਹਮ ਨਵਾਂ ਲਾਈਸੈਂਸ ਆਹੀ ਨਹੀਂ ਜੌਬ ਦੇ ਦਵੇ। ਨਾ ਅਸੀਂ ਨਹੀਂ ਜੌਬ ਦੇ ਸਕਦੇ ਉੱਥੇ ਫਿਰ ਤੁਹਾਡੇ ਕੰਮ ਆਉਂਦੇ ਆ ਯਾਰ ਦੋਸਤ ਉੱਥੇ ਮੇਰਾ ਯਾਰ ਦੋਸਤ ਹੈਗਾ ਹੁਣ ਵੀ ਗਾਂਧੀ ਕੈਲਗਰੀ ਤੋਂ ਅਸੀਂ ਆਰੀਆ ਕਾਲਜ ਦੇ ਵਿੱਚ ਇਕੱਠੇ ਫੜੇ ਆ। ਜੀ ਮੈਂ ਉਹਨੂੰ ਕਾਲ ਕਰੀ। ਮੈਂ ਕਿਹਾ ਬਈ ਯਾਰ ਆਇਂ ਕਰਕੇ ਮੈਂ ਲਾਈਸੈਂਸ ਲੈ ਲਿਆ ਵੀ ਤੂੰ ਦੇਖ ਹੁਣ ਕਰ ਕੁਛ। ਹਮ ਹਮ ਲੱਕੀਲੀ ਉਹਦੇ ਚਾਚਾ ਜੀ ਉਰੇ ਸਰਬਜੀਤ ਗਰੇਵਾਲ ਅੱਛਾ ਜੀ ਉਹਨਾਂ ਦੇ ਐਡਮ ਕਾਰਗੋ ਦੇ ਵਿੱਚ 4-5 ਟਰੱਕ ਪਾਏ ਹੋਏ ਸੀ। ਹਮ ਹਮ ਚਲੋ ਮੈਨੂੰ ਮੈਂ ਉਹਨਾਂ ਨੂੰ ਕਾਲ ਕਰਿਆ ਮੈਂ ਵੀ ਉਹਨਾਂ ਨੂੰ ਚਾਚਾ ਜੀ ਕਹਿਣਾ ਔਰ ਮੈਂ ਕਹਿਣਾ ਜੇ ਮੈਂ ਕਹਾਂ ਵੀ ਮੇਰੇ ਕੈਨੇਡਾ ਦੇ ਵਿੱਚ ਪੈਰ ਲਵਾਉਣ ਵਾਲਾ ਉਹ ਸਰਬਜੀਤ ਗਰੇਵਾਲ ਜੀ ਉਹ ਨਹੀਂ ਮੈਂ ਉਹਨਾਂ ਦਾ ਹਰੇ ਵੀ ਬਹੁਤ ਧੰਨਵਾਦੀ ਆ ਜਿੰਨੀ ਵਾਰ ਵੀ ਮਿਲਦਿਆ ਮੈਂ ਗੁੱਡੀ ਹੱਥ ਲਾਉਣਾ ਝੋਕ ਕੇ ਮਿਲਦੇ ਆ ਬਿਲਕੁਲ ਤੇ ਉਹਨਾਂ ਨੇ ਮੈਨੂੰ ਦੂਜੇ ਦਿਨ ਮੈਨੂੰ ਕਹਿੰਦੇ ਦੂਜੇ ਦਿਨ ਹੀ ਆ ਜਾ ਚਲੋ ਮੈਂ ਉੱਥੇ ਚਲਾ ਗਿਆ ਮੈਂ ਟਰੈਕਟਰ ਰੁਕਟਰ ਪਿੰਡ ਦੇ ਵਿੱਚ ਨਹੀਂ ਚਲਾਇਆ ਸੀ ਉੱਥੇ ਕਿਉਂਕਿ ਮੈਂ ਜ਼ਿਆਦਾ ਲੁਧਿਆਣੇ ਦੇ ਵਿੱਚ ਪੜਿਆ ਲਿਖਿਆ ਉੱਥੇ ਹੀ ਜੌਬ ਕਰੀ ਆ ਜੀ ਜੀ ਤੇ ਫਿਰ ਮੈਨੂੰ ਮੈਂ ਉਹਨਾਂ ਦੇ ਨਾਲ ਜਾ ਕੇ ਟਰੱਕ ਸਿੱਖਿਆ ਹੂੰ ਇੱਕ ਮਹੀਨਾ ਮੈਂ ਉਹਨਾਂ ਦੇ ਨਾਲ ਫ੍ਰੀ ਲਾਇਆ ਅੱਛਾ ਜੀ ਬਸ ਸਿੱਖਣ ਦੇ ਵੀ ਮੈਨੂੰ ਸਿੱਖਣ ਲਈ ਸਿੱਖਣ ਲਈ ਮੈਂ ਹਾਈ ਨਹੀਂ ਕਹਿੰਦਾ ਹੈਗਾ ਵੀ ਉਹਨਾਂ ਨੇ ਮੈਨੂੰ ਪੇ ਨਹੀਂ ਕੀਤਾ ਸਿੱਖਣ ਲਈ ਉਹਨਾਂ ਨੇ ਮੈਨੂੰ ਓਪਰਚੁਨਿਟੀ ਦਿੱਤੀ ਕਿਉਂਕਿ ਅਸੀਂ ਲੋਕਲ ਚਲਾਉਣਾ ਸੀ ਟਰੱਕ ਕੰਟੇਨਰਾਂ ਤੇ ਉਹਨਾਂ ਨੇ ਟਰੱਕ ਚਲਾਇਆ ਟਰੱਕ ਪਾਏ ਹੋਏ ਸੀਗੇ ਫਿਰ ਮੈਂ ਐਡਮ ਕਾਰਗੋ ਦੇ ਵਿੱਚ ਡੇਢ ਸਾਲ ਕੰਮ ਕਰਿਆ ਉੱਥੇ ਵੀ ਫਿਰ ਆਪਾਂ ਜਿਮੀ ਪੂਰੀ ਮਿਹਨਤ ਕਰਕੇ ਮੈਂ ਸਵੇਰ ਲਾਈਕ ਇੱਕ ਮੇਰਾ ਇੱਕ ਟਰੱਕ ਚੱਲਦਾ ਸੀ ਦੂਜੇ ਪਾਸੇ ਦੋ ਚੱਲਦੇ ਸੀਗੇ ਉਹਨਾਂ ਮੇਰਾ ਟਰੱਕ ਇਕੱਲਾ ਪੈਸੇ ਬਣਾਉਂਦਾ ਸੀਗਾ ਮੈਂ ਤੁਸੀਂ ਦੋ ਬੰਦਿਆਂ ਦਾ ਕੰਮ ਕਰਦੇ ਦੋ ਬੰਦਿਆਂ ਦਾ ਕੰਮ ਕਰਦਾ ਸੀ ਮੈਂ ਉਸ ਟਾਈਮ ਕਿਉਂ ਕਿਉਂਕਿ ਮੈਂ ਮੈਨੂੰ ਉਹੀ ਗੱਲ ਕਿ ਕਿ ਮਸਾ ਦਾ ਪੈਸੇ ਬਣਨ ਲੱਗੇ ਸੀਗੇ ਠੀਕ ਹੈ ਤੇ ਮਸਾ ਜਿਵੇਂ ਕਹਿੰਦੇ ਆ ਭਾਗ ਖੁੱਲਣ ਲੱਗੇ ਸੀਗੇ ਬੰਦ ਥੋੜੋ ਕਰਨੇ ਸੀਗੇ ਡਿਸਪੈਚਰ ਨੇ ਮਾੜੇ ਤੋਂ ਮਾੜਾ ਗੇੜਾ ਵੀ ਦੇ ਦੇਣਾ ਉਹ ਵੀ ਕਹਿਣਾ ਹਾਂਜੀ ਮੈਂ ਲਾ ਦੇਣਾ ਕਿਉਂ ਕਿਉਂਕਿ ਮੈਨੂੰ ਇਹ ਹੁੰਦਾ ਸੀਗਾ ਲਾਲਚ ਹਰੇਕ ਬੰਦੇ ਨੂੰ ਹੁੰਦਾ ਹੈ ਜੇ ਵੀ ਜੇ ਮੈਂ ਮਾੜਾ ਢੀੜਾ ਲਾਉਂਗਾ ਮੈਨੂੰ ਇਹ ਵਧੀਆ ਢੀੜਾ ਵੀ ਦਊਗਾ ਬਿਲਕੁਲ ਠੀਕ ਹੈ ਉਹ ਲਾਈਕ ਉਹੀ ਆ ਵੀ ਜਿੰਨਾ ਤੁਸੀਂ ਮਿੱਠਾ ਪਾਈ ਜਾਓਗੇ ਗੁੜ ਉਹਨਾ ਲਾਈਕ ਵਧੀਆ ਹੋ ਹੀ ਜਾਣਾ ਕੰਮ ਹੈਨਾ ਸੋ ਉਹਦੇ ਵਿੱਚ ਯਕੀਨ ਕਰਕੇ ਚਲੋ ਉਹ ਬਹੁਤ ਵਧੀਆ ਚੱਲਿਆ 1.5 ਸਾਲ ਬਹੁਤ ਵਧੀਆ ਰਿਹਾ ਉਸ ਤੋਂ 1.5 ਸਾਲ ਤੋਂ ਬਾਅਦ ਫਿਰ ਮੈਂ ਆਫ ਦਾ ਟਰੱਕ ਪਾਇਆ ਜੀ ਤੁਸੀਂ ਯੂਐਸਏ ਨੂੰ ਵੀ ਚਲਾਇਆ ਫਿਰ ਟਰੱਕ ਕਿਉਂ ਯੂਐਸਏ ਪੈਸੇ ਥੋੜੇ ਜ਼ਿਆਦਾ ਬੰਦੇ ਆ ਹਾਂ ਯੂਐਸਏ ਨੂੰ ਫਿਰ ਮੈਂ ਇਹ ਲੋਕਲ ਦੇ ਵਿੱਚ ਥੋੜਾ ਜਿਹਾ ਮੈਨੂੰ ਇਹ ਲੱਗਣ ਲੱਗਿਆ ਵੀ ਲੋਕਲ ਦੇ ਵਿੱਚ ਥੋੜਾ ਜਿਹਾ ਖਿੱਚਤੂ ਜ਼ ਤੇ ਕੰਟੇਨਰ ਵਾਲਾ ਕੰਮ ਵੀ ਥੋੜਾ ਜਿਹਾ ਔਖਾ ਹੈਗਾ ਫਿਰ ਮੈਂ ਹੌਲੀ ਹੌਲੀ ਅਮਰੀਕਾ ਦਾ ਵੀਜ਼ਾ ਅਪਲਾਈ ਕੀਤਾ ਤੇ ਮੇਰਾ ਪਹਿਲੀ ਵਾਰ ਦੇ ਵਿੱਚ ਅਮਰੀਕਾ ਦਾ ਵੀਜ਼ਾ ਲੱਗ ਗਿਆ ਵੀਜ਼ਾ ਲੱਗਣ ਤੋਂ ਬਾਅਦ ਫਿਰ ਮੈਂ ਆਪ ਦਾ ਟਰੱਕ ਵਾਇ ਕਰਿਆ ਆਪ ਹੀ ਜਾ ਕੇ ਵਾਇ ਕਰ ਲਿਆ ਮੈਂ ਲੰਡਨ ਤੋਂ ਟਰੱਕ ਵਾਇ ਕੀਤਾ ਸੀਗਾ ਜਾ ਕੇ ਵਾਇ ਕਰ ਲਿਆ ਹਨਾ ਤੇ ਉਹ ਕੰਪਨੀ ਵੀ ਹੈਗੀ ਰੈਂਟ ਰਾਈਡਰ ਵਾਲਿਆਂ ਤੋਂ ਰਾਈਡਰ ਵਾਲਿਆਂ ਤੋਂ ਲੰਡਨ ਦੇ ਵਿੱਚ ਜਾ ਕੇ ਮੈਂ ਆਨਲਾਈਨ ਦੇਖਣ ਦੂਕ ਕੇ ਵਾਇ ਕਰ ਲਿਆ ਬਾਈ ਕਰਕੇ ਫਿਰ ਉਸ ਤੋਂ ਬਾਅਦ ਮੈਂ ਹਾਇਰ ਹੋਇਆ ਇੱਕ ਇੱਥੇ ਕੰਪਨੀ ਦੇ ਵਿੱਚ ਲੋਕਲ ਕੰਪਨੀ ਦੇ ਵਿੱਚ ਨਵੀਂ ਕੰਪਨੀ ਨਵਾਂ ਟਰੱਕ ਨਵਾਂ ਦੇਸ਼ ਹਮ ਨਾ ਮੇਰੇ ਕੋਲ ਅਮਰੀਕਾ ਦਾ ਫੋਨ ਹਮ ਸਿਰਫ ਜਿਹੜਾ ਇੱਥੇ ਤੱਕ ਆਪਣਾ ਜਾ ਕੇ ਜਿਹੜਾ ਫੋਨ ਸੀਗਾ ਇੱਥੇ ਬੰਦ ਹੋ ਜਾਂਦਾ ਸੀਗਾ ਨੈਗਰਾਫੋਰ ਬੰਦ ਹੋ ਜਾਂਦਾ ਸੀਗਾ ਨੈਗਰਾਫੋਰ ਬਾਹਰ ਜਾਂਦਾ ਨਹੀਂ ਸੀਗਾ ਨਾ ਮੇਰੇ ਕੋਲ ਮੈਪ ਕੋਈ ਵੀ ਨਾ ਮੈਨੂੰ ਪਤਾ ਯੂਐਸਏ ਦਾ ਕਿੱਦਾਂ ਟਰੱਕ ਲੈ ਕੇ ਜਾਣਾ ਬਸ ਸਿਰਫ ਮੈਨੂੰ ਇੱਕ ਬੰਦੇ ਨੇ ਇੱਕ ਕੁਲਵੀਰ ਬੋਪਾ ਰੇ ਮੇਰਾ ਛੋਟਾ ਵੀਰ ਉਹ ਟਰੱਕ ਚਲਾਉਂਦਾ ਸੀਗਾ ਤੇ ਉਹਨੇ ਮੈਨੂੰ ਬਸ ਇਹੀ ਕਹਿਤਾ ਕਿ ਐਂਬੈਸਡਰ ਬ੍ਰਿਜ ਮੈਂ ਉਹਦੇ ਨਾਲ ਫੋਨ ਤੇ ਇਧਰੋਂ ਹੀ ਸੀਗਾ ਬਸ ਕੈਨੇਡਾ ਕੈਨੇਡਾ ਜੀ ਐਂਬੈਸਡਰ ਬ੍ਰਿਜ ਦਿਖ ਰਿਹਾ ਤੈਨੂੰ ਮੈਂ ਕਿਹਾ ਹਾਂ ਉਹ ਉੱਪਰ ਨੂੰ ਹਾਂ ਕਹਿੰਦਾ ਬਸ ਵਾ ਸਿੱਧਾ ਚੜ ਜਾ ਉਹ ਅੱਛਾ ਸਿੱਧਾ ਚੜ ਕੇ ਤੈਨੂੰ ਐ ਬੂਥ ਮਿਲਣਗੇ ਆ ਮਿਲੂਗਾ ਐ ਮਿਲੂਗਾ ਵੀ ਇੱਥੇ ਇੱਥੇ ਟਰੱਕ ਕੱਢਣੀ ਚਲੋ ਉਹੀ ਚੀਜ਼ ਹੋਈ ਉਹ ਕਰਕੇ ਜਿਵੇਂ ਪਹਿਲਾਂ ਦੱਸਿਆ ਮੈਂ ਆਲਵੇਸ ਰਿਸਕ ਟੇਕ ਕਰ ਰਿਹਾ ਹਾਂ ਡਰਿਆ ਨਹੀਂਗਾ ਉਹੀ ਗਾਗਾ ਤੁਹਾਡੀ ਲਾਈਫ ਦੇ ਵਿੱਚ ਆਉਂਦਾ ਰਹਿੰਦਾ ਕਿਉਂਕਿ ਜਦੋਂ ਤੁਸੀਂ ਡਰਦੇ ਹੋ ਕਿਸੇ ਵੀ ਚੀਜ਼ ਨੂੰ ਫਿਰ ਤੁਹਾਨੂੰ ਉਹ ਚੀਜ਼ਾਂ ਔਖੀਆਂ ਲੱਗਦੀਆਂ ਨੇ ਜਦ ਤੁਸੀਂ ਇੱਕ ਚੀਜ਼ ਜਿਵੇਂ ਹੁਣ ਮੈਂ ਜਾ ਕੇ ਆਪਣੇ ਗੈਸ ਸਟੇਸ਼ਨ ਤੇ ਲਾ ਲਿਆ ਉੱਥੇ ਮੈਂ ਜਾ ਕੇ ਫੋਨ ਲੈ ਲਿਆ ਜਾਂ ਮੈਪ ਲੈ ਲਿਆ ਹਨਾ ਉਹ ਫਿਰ ਤੁਹਾਨੂੰ ਖੁਸ਼ੀ ਹੁੰਦੀ ਆ ਵੀ ਯਾਰ ਚੱਲ ਆਪਾਂ ਅਚੀਵ ਕਰ ਲਿਆ ਫਿਰ ਉਹ ਚੀਜ਼ ਹੋ ਜਾਂਦੀ ਆ ਉਦਾਂ ਹੀ ਕਰਦੇ ਕਰਦੇ ਫੋਨ ਲਿਆ ਸਾਰਾ ਕੁਝ ਫਿਰ ਚਲੋ ਚਲਾ ਫਿਰ ਮੈਂ ਲਾਈਕ 5-6 ਸਾਲ ਜੀ ਯੂਐਸਏ ਨੂੰ 5 ਕਿਸਾਲ ਮੈਂ ਕਹਨਾ ਯੂਐਸਏ ਨੂੰ ਟਰੱਕ ਚਲਾਇਆ ਫਿਰ ਇਸ ਇਧਰ ਕਿਧਰ ਆ ਗਏ ਮਤਲਬ ਸੋਚਿਆ ਤਾਂ ਇਹ ਹੋਏਗਾ ਕਿ ਹਾਂ ਟਰਕਿੰਗ ਵਾਲ ਇੱਕ ਤੋਂ ਦੋ ਦੋ ਤੋਂ ਚਾਰ 100 ਕਰੀਏ ਪਰ ਤੁਸੀਂ ਸ਼ਿਫਟ ਹੋ ਗਏ ਇਧਰ ਕਾਰ ਡੀਲਰਸ਼ਿਪ ਵੱਲ ਇਹਦੇ ਵਿੱਚ ਪਤਾ ਕੀ ਹੈ ਸਾਡੇ ਕੋਲ ਆਲਰੇਡੀ 4-5 ਟਰੱਕ ਹੋ ਗਏ ਸੀਗੇ ਜਿਵੇਂ ਅਸੀਂ ਮੈਂ ਟ੍ਰੇਲਵੁੱਡ ਦੇ ਵਿੱਚ ਕੰਮ ਕਰਿਆ ਫਿਰ ਟ੍ਰੇਲਵੁੱਡ ਟਰਾਂਸਪੋਰਟ ਕੰਪਨੀ ਹੈਗੀ ਆਟੋਪਾਰਟ ਦੇ ਵਿੱਚ ਸੋ ਉਹਦੇ ਵਿੱਚ ਅਸੀਂ ਕਰਦੇ ਕਰਦੇ ਅਸੀਂ ਡਿਸਾਈਡ ਕਰ ਲਿਆ ਸੀ ਕਿ ਵੀ ਅਸੀਂ ਟਰੱਕਿੰਗ ਕੰਪਨੀ ਖੋਲ ਰਹੇ ਆ ਆਪਦੀ ਉਹਦੇ ਵਿੱਚ ਆਲਰੇਡੀ ਨਾਮ ਵੀ ਰਜਿਸਟਰਡ ਹੋ ਗਿਆ ਸੀ ਆਪਣੇ ਰੋਡ ਲਵਰ ਗਰੁੱਪ ਅਥਾਰਟੀਆ ਵਗੈਰਾ ਦੇ ਵਿੱਚ ਅਪਲਾਈ ਕਰਤਾ ਸੀ ਸਾਰਾ ਕੁਝ ਕਰਤਾ ਸੀ ਪਰ ਫਿਰ ਵੀ ਮਨ ਦੇ ਵਿੱਚ ਕਿਤੇ ਨਾ ਕਿਤੇ ਸੀਗਾ ਕਿਉਂਕਿ ਜਿਹੜੀ ਟਰੱਕਿੰਗ ਇੰਡਸਟਰੀ ਆ ਜਿਹੜਾ ਉਹੀ ਜਾਣਦਾ ਵੀ ਇਹਦੇ ਵਿੱਚ ਪੈਸੇ ਤੁਹਾਨੂੰ ਲੱਗਦਾ ਜ਼ਰੂਰ ਹੈਗਾ ਵੀ ਡਾਲਰ ਕਮਾਉਣੇ ਵੀ ਬਹੁਤ ਬਣ ਜਾਂਦੇ ਨੇ ਪਰ ਉਹ ਬਣਦੇ ਕਿਵੇਂ ਨੇ ਬਹੁਤ ਉਹ ਉਹਨਾਂ ਨੂੰ ਪਤਾ ਜਿਹੜੇ ਬਣਾਉਂਦੇ ਨੇ ਕਿਉਂਕਿ ਆਪਾਂ ਨੂੰ ਨਹੀਂ ਪਤਾ ਹੈਗਾ ਵੀ স্নੋ ਸਟਾਰਮ ਆਪਾਂ ਸਿਰਫ ਦੇਖਦੇ ਆ ਕਿ ਬ੍ਰੈਮਟਨ ਤਾਂ ਨਹੀਂ স্নੋ ਸਟਾਰਮ ਆਇਆ ਹੋਇਆ ਉਹਨਾਂ ਨੂੰ ਨਹੀਂ ਪਤਾ ਉਹਨਾਂ ਨੂੰ ਕੰਟਕੀ ਚ ਸਨੋ ਪੈ ਰਹੀ ਹੈ ਉਹਨਾਂ ਨੂੰ ਨਹੀਂ ਪਤਾ ਉਹ ohio ਚ ਸਨੋ ਪੈ ਰਹੀ ਹੈ ਉਹਨਾਂ ਨੂੰ ਨਹੀਂ ਪਤਾ ਮਿਸ਼ੀਗਨ ਚ ਪੈ ਰਹੀ ਹੈ ਜਾਂ ਵਿੰਡਜ਼ਰ ਪੈ ਰਹੀ ਹੈ ਉਹਨਾਂ ਨੂੰ ਜਾਣਿਆ ਹੀ ਪੈਣਾ ਮੀਂਹ ਮੀਂਹ ਦੇ ਵਿੱਚ ਗੱਡੀ ਕਈ ਵਾਰ ਚਲਾਉਣੀ ਔਖੀ ਹੋ ਜਾਂਦੀ ਆਪਾਂ ਡਰਾਈਵ ਵਿੱਚ ਗੱਡੀ ਲਾ ਲੈਨੇ ਆ ਵੀ ਯਾਰ ਮੀਂਹ ਹਟੂਗਾ ਫੇਰ ਜਾਵਾਂਗੇ ਪਰ ਉਹਨਾਂ ਨੂੰ ਜਾਣਿਆ ਹੀ ਪੈਣਾ ਮੈਂ ਕਹਿੰਦਾ ਮੈਂ ਜੋਬਸ ਹੋਰ ਵੀ ਬਹੁਤ ਕਰੀਆਂ ਨੇ ਪਰ ਇਹ ਜਿਹੜੇ ਡਰਾਈਵਰ ਵੀਰ ਨੇ ਇਹਨਾਂ ਨੂੰ ਵਾਕਈ ਸਲਾਮ ਕਰਨਾ ਬਣਦਾ ਇਹਨਾਂ ਤੋਂ ਟਫਸਟ ਜੌਬ ਹੈ ਨਹੀਂ ਕੋਈ ਵਰਡ ਦੇ ਵਿੱਚ ਇਹ ਜਿਵੇਂ ਸੱਪ ਦੀ ਸਿਰੀਆਂ ਤੋਂ ਚੱਕਣ ਵਾਲੇ ਨੋਟਾਂ ਵਾਲਾ ਕੰਮ ਹੈ ਡਾਲਰ ਚੱਕਣ ਵਾਲਾ ਕੰਮ ਹੈ ਇਹ ਬਿਲਕੁਲ ਸੱਚ ਹੈ ਇਹਨਾਂ ਦੇ ਸੋ ਉਹ ਇਹਨਾਂ ਰਿਸਕ ਦੇਖ ਕੇ ਐਨੀ ਚੀਜ਼ ਡਿਪੈਂਡੈਂਸੀ ਡਰਾਈਵਰ ਤੇ ਦੇਖ ਕੇ ਸਾਡਾ ਥੋੜਾ ਜਿਹਾ ਮਨ ਸੀਗਾ ਵੀ ਯਾਰ ਜੇ ਕੁਝ ਹੋਰ ਹੋ ਜਵੇ ਜਾਂ ਮੇਰਾ ਜਿਵੇਂ ਸੇਲਜ਼ ਦੇ ਵਿੱਚ ਬੈਕਗ੍ਰਾਉਂਡ ਸੀਗਾ ਜੀ ਜੀ ਉਹਦੇ ਕਰਕੇ ਸਾਨੂੰ ਕਿਤੇ ਨਾ ਕਿਤੇ ਸੀਗਾ ਵੀ ਯਾਰ ਮੈਂ ਕੁਝ ਉਸ ਜੀ ਇੰਡਸਟਰੀ ਦੇ ਵਿੱਚ ਜਾਵਾਂ ਜਿਹਦੇ ਵਿੱਚ ਮੇਰੀ ਐਜੂਕੇਸ਼ਨ ਵੀ ਮੈਨੂੰ ਸਹਾਰਾ ਦੇਵੇ ਜਾਂ ਮੈਂ ਉਹਦੇ ਵਿੱਚ ਕੁਝ ਮਤਲਬ ਜਿਹੜਾ ਸਾਰਾ ਕੁਝ ਸਟੀering ਸਾਡੇ ਹੀ ਹੱਥ 'ਚ ਹੋਵੇ ਮੈਂ ਸੈਟੀਸਫਾਈ ਹੋਵਾਂ ਮੈਂ ਸੈਟੀਸਫਾਈ ਹੋਵਾਂ ਮੈਨੂੰ ਜਿਵੇਂ ਵਧੀਆ ਲੱਗਦਾ ਜਿਵੇਂ ਮੈਂ ਤੁਹਾਡੇ ਨਾਲ ਗੱਲਾਂ ਕਰ ਰਿਹਾ ਹੁਣ ਮੈਨੂੰ ਬਹੁਤ ਵਧੀਆ ਲੱਗਦਾ ਬੰਦਿਆਂ ਦੇ ਨਾਲ ਗੱਲਾਂ ਕਰਨਾ ਸੋ ਉਹਦੇ ਕਰਕੇ ਫਿਰ ਥੋੜਾ ਜਿਹਾ ਸਾਨੂੰ ਸੇਲ ਦੇ ਵਿੱਚ ਅਸੀਂ ਸੋਚਿਆ ਫਿਰ ਅਸੀਂ ਐਸੈਂਸ਼ੀਅਲ ਚੀਜ਼ਾਂ ਇਹ ਬਹੁਤ ਕੋਵਡ ਦੇ ਵਿੱਚ ਵਰਡ ਆਇਆ ਫਿਰ ਇਹ ਸੋਚਣੀਆਂ ਸ਼ੁਰੂ ਕੀਤੀਆਂ ਫਿਰ ਗਰੋਸਰੀ ਸਟੋਰ ਅਸੀਂ ਸੋਚਿਆ ਫਿਰ ਅਸੀਂ ਸੋਚਿਆ ਯਾਰ ਵੀ ਜਿਵੇਂ ਕਾਰਾਂ ਨੇ ਹੂੰ ਹੂੰ ਇਹ ਵੀ ਸੀ ਸੀ ਤੋਂ ਕਾਰ ਸਕਾਰਾਂ ਨੇ ਜਿਹੜੀਆਂ ਕਾਰਾਂ ਇੱਥੇ ਕਿਸੇ ਵੀ ਬੰਦੇ ਦੇ ਪੈਰ ਨਹੀਂ ਬਿਲਕੁਲ ਬਿਨਾਂ ਕਾਰਾਂ ਤੋਂ ਤੁਸੀਂ ਇਹ ਸਮਝਦੇ ਹੋ ਕਿ ਕਿ ਬੱਸਾਂ ਦੇ ਵਿੱਚ ਜਾ ਕੇ ਜੇ ਤੁਸੀਂ ਕਹੋਗੇ ਤੁਹਾਨੂੰ ਵਧੀਆ ਜੌਬ ਮਿਲ ਜੂਗੀ ਇਟ ਇਸ ਨਾਟ ਪੋਸੀਬਲ ਨਹੀਂ ਪੋਸੀਬਲ ਹੀ ਹੈ ਯਾਰ ਤੇ ਉਸੇ ਤਰ੍ਹਾਂ ਫਿਰ ਅਸੀਂ ਸੋਚਿਆ ਵੀ ਯਾਰ ਆਪਾਂ ਇਹ ਇੰਡਸਟਰੀ ਦੇ ਵਿੱਚ ਥੋੜਾ ਜਿਹਾ ਦੇਖਦੇ ਆਂ ਹਾਂਜੀ ਬਿਲਕੁਲ ਬਿਲਕੁਲ ਤੁਸੀਂ ਇੱਥੇ ਇੱਕ ਵਰਡ ਯੂਜ਼ ਕਰ ਰਹੇ ਹੋ ਮੈਂ ਕਾਫੀ ਟਾਈਮ ਮੈਂ ਨੋਟ ਕਰ ਰਹੇ ਹਾਂ ਅਸੀਂ ਹੂੰ ਅਸੀਂ ਦੇ ਵਿੱਚ ਕੌਣ ਕੌਣ ਆਉਂਦੇ ਆ ਵੀ ਜਿਨ੍ਹਾਂ ਦੇ ਕਰਕੇ ਵੀ ਤੁਸੀਂ ਇੱਕ ਇਹ ਵਰਡ ਯੂਜ਼ ਕਰ ਲੈਂਦੇ ਹੋ ਬੰਦਾ ਜ਼ਿਆਦਾਤਰ ਕਹਿੰਦਾ ਕਿ ਮੈਂ ਵੀ ਮੈਂ ਐ ਸੋਚਿਆ ਮੈਂ ਐ ਸੋਚਿਆ ਮਤਲਬ ਉਹਦੇ ਵਿੱਚ ਤੁਹਾਡਾ ਕੋਈ 파ਟਨਰ ਆ ਜਾਂ ਕੌਣ ਨੇ ਉਹ ਉਹਨਾਂ ਬਾਰੇ ਵੀ ਦੱਸੋ ਅਸੀਂ ਦੇ ਵਿੱਚ ਹਾਂਜੀ ਮੇਰਾ 파ਟਨਰ ਜੀਵਨ ਸਿੱਧੂ ਮੇਰਾ ਬ੍ਰਦਰ ਇਨ ਲਾਉ ਉਹ ਹੈਗਾ ਤੇ ਬਾਕੀ ਸਾਡੀ ਸਾਰੀ ਫੈਮਿਲੀ ਯਾਨੀ ਮੇਰੇ ਮਦਰ ਇਨ ਲਾਉ ਬਲਜੀਤ ਕੌਰ ਸਿੱਧੂ ਮੇਰੇ ਫਾਦਰ ਇਨ ਲਾ ਪਰਮਿੰਦਰਜੀਤ ਸਿੰਘ ਸਿੱਧੂ ਮੇਰੇ ਡੈਡੀ ਚਾਹੇ ਉਹ ਦੁਨੀਆ ਦੇ ਵਿੱਚ ਨਹੀਂ ਹੈਗੇ ਮੈਂ ਉਹਨਾਂ ਨੂੰ ਹਮੇਸ਼ਾ ਆਪਦੇ ਨਾਲ ਮੰਨਦਾ ਮੇਰੇ ਮੰਮੀ ਬਲਜੀਤ ਕੌਰ ਬੋਪਾਰ ਹੈ ਤੇ ਮੇਰੀਆਂ ਸਿਸਟਰ ਜਾਂ ਜਿਨੇ ਵੀ ਸਾਡੇ ਰਿਲੇਟਿਵ ਦੂਰ ਨੋਡ ਦੇ ਆਪਣੇ ਦੂਰ ਨੇੜੇ ਦੇ ਯਾਰ ਦੋਸਤ ਮਿੱਤਰ ਮੈਂ ਸਾਰਿਆਂ ਨੂੰ ਨਾਲ ਲੈ ਕੇ ਚੱਲਦਾ ਕਿਉਂਕਿ ਇੱਕ ਬੰਦਾ ਲੱਗਦਾ ਹੁੰਦਾ ਮੂਰੇ ਬਟ ਬਾਕੀ ਤੁਹਾਡੇ ਨਾਲ ਤੁਸੀਂ ਜਦ ਹੀ ਸਕਸੈਸਫੁਲ ਹੁੰਨੇ ਹੋ ਚਾਹੇ ਤੁਹਾਡੇ ਨਾਲ ਗਾਂਹੇ ਵਗਾਹੇ ਜਦੋਂ ਇੱਕ ਦਵਾਵਾਂ ਦਾ ਕਾਫਲਾ ਚੱਲਦਾ ਹੈ ਤੇ ਉਹਦੇ ਵਿੱਚ ਹੀ ਜਿਵੇਂ ਕਹਿੰਦੇ ਨੇ ਏਕੇ ਦੇ ਵਿੱਚ ਬਰਕਤ ਹਮ ਹਮ ਏਕੇ ਦੇ ਵਿੱਚ ਬਰਕਤ ਪਾਉਣ ਵਾਲਾ ਕੰਮ ਉਹੀ ਹੈ ਮੈਂ बार-बार ਇੱਕ ਗੱਲ ਕਰਦਾ ਹੁੰਨਾ ਜਿਹੜੀ ਥੋੜੇ ਦਿਨ ਪਹਿਲਾਂ ਵੀ ਆ ਪਰਸੋਂਕ ਦੀ ਗੱਲ ਆ ਮੇਰੀ ਮੇਰੀ ਜੀਨ ਦੇ ਵਿੱਚੋਂ ਨਾ 450 ਡਾਲਰ ਮਿਲਿਆ ਅੱਛਾ ਜੀ ਪੁਰਾਣੀ ਕਿਸੇ ਜੀਨ ਚ ਨਹੀਂ ਨਹੀਂ ਲਾਈਕ ਆਪਾਂ ਜੀਨਸ ਰੈਗੂਲਰ ਰੈਗੂਲਰ ਪਾਉਂਦੇ ਹਾਂ ਰੈਗੂਲਰ ਪਾਉਨੇ ਆਪਾਂ ਰੋਜ਼ ਨਹੀਂ ਤਾਂ ਹੁੰਦੀ ਨਾ ਜੀਨ ਤਾਂ ਹੈਨਾ ਉਹ ਜਿਵੇਂ ਤੈ ਮਾਰ ਕੇ ਆਪਾਂ ਰੱਖਦੀ ਉਹ ਮੈਂ ਕੱਲ ਸੈਟਰਡੇ ਸੀਗਾ ਸੈਟਰਡੇ ਨੂੰ ਅਸੀਂ ਜੀਨ ਪਾਉਨੇ ਆ ਕੱਲ ਪਾਈ ਉਹ ਤੇ ਉਹਦੇ ਵਿੱਚੋਂ ਮੈਨੂੰ ਜੇਬ ਦੇ ਵਿੱਚੋਂ 450 ਡਾਲਰ ਮਿਲਿਆ ਹੈਨਾ ਉਹ ਆਬਵੀਅਸਲੀ ਹੈਗਾ ਤਾਂ ਮੇਰਾ ਹੀ ਹੈ ਹਮ ਬੜਾ ਉੱਥੇ ਵਿੱਚ ਮੈਨੂੰ ਇੱਕ ਗੱਲ ਯਾਦ ਆਉਂਦੀ ਆ ਉਹ ਗੱਲ ਮੇਰੇ ਡੈਡੀ ਦੀ ਆ ਉਹਨਾਂ ਨੇ ਮੈਨੂੰ ਹਮੇਸ਼ਾ ਕਿਹਾ ਸੀ ਆ ਵੀ ਜਿਵੇਂ ਤੇਰੀ ਨੀ ਸਿੱਧੀ ਆ ਜਿਵੇਂ ਤੂੰ ਸੱਚ ਬੋਲਦਾ ਜਿਵੇਂ ਤੂੰ ਮਿਹਨਤ ਦੇ ਵਿੱਚ ਯਕੀਨ ਕਰਦਾ ਤੂੰ ਇੱਕ ਦਿਨ ਯਾਦ ਰੱਖੀ ਤੇਰੇ ਕੋਲ ਇੱਕ ਦਿਨ ਇਹ ਜਿਹਾ ਟਾਈਮ ਆਊਗਾ ਵੀ ਤੂੰ ਨੋਟ ਤਰ ਤਰ ਭੁੱਲੇਗਾ ਜੀ ਇਹ ਮੈਂ ਨਹੀਂ ਕੱਲਾ ਮੇਰੀ ਵਾਈਫ ਵੀ ਇਹ ਦਿਨ ਯਾਦ ਕਰਦੇ ਆ ਜਦੋਂ ਅਸੀਂ ਉਹਨਾਂ ਨੂੰ ਯਾਦ ਕਰਦੇ ਆ ਫਿਰ ਸਾਨੂੰ ਐ ਲੱਗਦਾ ਵੀ ਡੈਡੀ ਵੀ ਸਾਡੇ ਨਾਲ ਹੀ ਹੂੰ ਹੂੰ ਚਾਹੇ ਉਹ 2020 ਦੇ ਵਿੱਚ ਸਾਨੂੰ ਛੱਡ ਕੇ ਛੱਡ ਕੇ ਚਲੇ ਗਏ ਬਟ ਫਿਰ ਮੈਨੂੰ ਹਜੇ ਵੀ ਲੱਗਦਾ ਵੀ ਸਾਡੇ ਕੋਲ ਹੀ ਨੇ ਉਹ